ਵਾਹਿਗੁਰੂ 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 ਇੱਕ ਓਅੰਕਾਰ ਇੱਕ ਓਅੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸਹਿ ਭੰਗ ਅਜੂਨੀ ਸਹਿ ਭੰਗ ਗੁਰ ਪੁਰਸਾਦ ਗੁਰ ਜਪ ਜਪ ਆਦਿ ਸੱਚ ਆਦਿ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਟਿਚਰ ਮੂਲ ਨਾ ਥੁੜੀਂਦੋ ਟਿਚਰ ਮੂਲ ਨਾ ਥੁੜੀਂਦੋ ਟਿਚਰ ਆਪ ਕਿਰਪਾ ਟਿਚਰ ਆਪ ਕਿਰਪਾ ਸ਼ਬਦ ਖੁੱਟ ਬਾਬਾ ਨਾਨਕਾ ਸ਼ਬਦ ਖੁੱਟ ਬਾਬਾ ਨਾਨਕਾ ਕਾਏ ਖਰਚ ਤਨ ਮਾਲ ਕਾਏ ਖਰਚ ਤਨ ਮਾਲ ਪੌੜੀ ਜਾ ਤੂੰ ਮੇਰਾ ਵੱਲ ਹੈ ਪੌੜੀ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛੰਦਾ ਤਾਂ ਕਿਆ ਮੋਛੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਤੁਧ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਜਾ ਤੇਰਾ ਬੰਦਾ ਲਖਮੀ ਤੋਟ ਨ ਆਵੇ ਲਖਮੀ ਤੋਟ ਨ ਆਵੇ ਹਾਏ ਖਰਚ ਰਹੰਦਾ ਹਾਏ ਖਰਚ ਰਹੰਦਾ ਦੇਖਾ ਕੋਈ ਨ ਪੁੱਛੇ ਦੇਖਾ ਕੋਈ ਨ ਪੁੱਛੇ ਜਾ ਹਰ ਬਖਸ਼ੰਦਾ ਜਾ ਹਰ ਬਖਸ਼ੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਇਹ ਵੈਰੀ ਮਿੱਤਰ ਸਭ ਕੀਤੇ ਆ ਮੈਂ ਮੰਗੈ ਮੰਦਾ ਮੈਂ ਮੰਗੈ ਮੰਦਾ ਦੇਖਾ ਕੋਈ ਨ ਪੁੱਛੇ ਦੇਖਾ ਕੋਈ ਨ ਪੁੱਛੇ ਜਾ ਹਰ ਬਖਸ਼ੰਦਾ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰਿਆ ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ ਤੁਧ ਪਾਵੰਦਾ ਗੌੜੀ ਮਹੱਲਾ ਪੰਜਵਾਂ ਗੌੜੀ ਮਹੱਲਾ ਪੰਜਵਾਂ ਫਿਰ ਕਰ ਬੈਸੋ ਹਰ ਜਨ ਪਿਆਰੇ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਾ ਸਵਸ ਕਰ ਦੀਨੇ ਬਾਦਸ਼ਾਹ ਸਾ ਸਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਨਿਰਭਉ ਹੋਏ ਭਜੋ ਭਗਵਾਨ ਸਾਦ ਸੰਗ ਮਿਲ ਕੀਨੋ ਦਾਨ ਸਾਦ ਸੰਗ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮ ਕਾ ਚੌ ਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਭਾਈ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰ
ਪੂਰਾ ਭੇਟਿਆ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਜਿਨ ਬਣਤ ਬਣਾਈ, ਰਾਮ ਨਾਮ ਅਖਦਿਆ, ਰਾਮ ਨਾਮ ਅਖਦਿਆ, ਏਕਾ ਲਿਵ ਲਾਈ, ਏਕਾ ਲਿਵ ਲਾਈ, ਰਹਾਉ ਰਾਖ ਲੀਏ ਤਨ ਰਖਣਹਾਰ, ਰਹਾਉ ਰਾਖ ਲੀਏ ਤਨ ਰਖਣਹਾਰ, ਸਭ ਵਿਆਦ ਮਿਟਾਈ, ਸਭ ਵਿਆਦ ਮਿਟਾਈ, ਕਉ ਨਾਨਕ ਕਿਰਪਾ ਭਈ, ਕਉ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ, ਪ੍ਰਭ ਭਏ ਸਹਾਈ, ਸੋਰਠ ਮਹੱਲਾ ਪੰਜਵਾਂ, ਸੋਰਠ ਮਹੱਲਾ ਪੰਜਵਾਂ, ਜਨਮ ਜਨਮ ਕੇ ਦੁਖ ਨਿਵਾਰ, ਜਨਮ ਜਨਮ ਕੇ ਦੁਖ, ਸੂਕਾ ਮਨ ਸਧਾਰ, ਸੂਕਾ ਮਨ ਸਧਾਰ, ਦਰਸ਼ਨ ਪੇਟ ਤਹੂਤ ਨਿਹਾਲਾ, ਦਰਸ਼ਨ ਪੇਟ ਤਹੂਤ ਨਿਹਾਲਾ, ਹਰ ਕਾ ਨਾਮ ਵਿਚਾਰ, ਹਰ ਕਾ ਨਾਮ ਵਿਚਾਰ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵਾ, ਹਰ ਹਰ ਨਾਮ ਔਖਦ ਮੁਖ ਦੇਵਾ, ਕਾਟੈ ਜਮ ਕੀ ਫੰਦਾ, ਕਾਟੈ ਜਮ ਕੀ ਫੰਦਾ, ਸਮਰੱਥ ਪੁਰਖ ਪੂਰਨ ਵਿਧਾਤੇ, ਸਮਰੱਥ ਪੁਰਖ ਪੂਰਨ ਵਿਧਾਤੇ, ਆਪੇ ਕਰਨੈ ਹਾਰਾ, ਆਪੇ ਕਰਨੈ ਹਾਰਾ, ਆਪਣਾ ਦਾ ਸਾਰਾ ਪੁਬਾਰਿਆ, ਆਪਣਾ ਦਾ ਸਾਰਾ ਪੁਬਾਰਿਆ, ਨਾਨਕ ਨਾਮ ਆਧਾਰਾ, ਨਾਨਕ ਨਾਮ ਆਧਾਰਾ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੈ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ, ਦਰਸ਼ਨ ਪਿਆਸੀ ਦਿਨ ਸਰਾ ਚਿਤ ਬੋਆਨੀ, ਫੁੱਲ ਕਪਟ ਗੁਰਮੇਲੀਆ ਨਾਨਕਾਰ ਸੰਗ ਮੀਰ, ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ, ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ ਆਸਾ, ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ।
ਦਰਸ਼ਨ ਕੋ ਮੇਰਾ ਮਨ ਬਹੁ ਤਪਤਾ ਜਿਉ ਤ੍ਰਿਖਾਵੰਤ ਬਹੁ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਨਾ ਹਮਰੀ ਬੇਦਨ ਹਰ ਪ੍ਰਭ ਜਾਨਾ ਮੇਰੇ ਮਨ ਅੰਤਰ ਕੀ ਪੀਰ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ
ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ। ਉਡਹੁ ਨ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ। ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਸਗਲਾ ਖਾਇਆ ਮਾਸ ਇਹ ਦੋਇ ਨੈਨਾ ਮਤ ਛੂ ਫਿਰ ਦੇਖਣ ਕੀ ਆਸ। ਪਰਮ ਸਤਿਕਾਰਯੋਗ ਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਉਹ ਬਹੁਤ ਵੱਡੇ ਭਾਗ ਆਪ ਜੀ ਦੇ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ। ਆਓ ਇਕਾਗਰਤਾ ਬਣਾਈਏ। ਇਹ ਸਤ ਸੰਗਤ ਦਾ ਸਮਾਂ ਬਹੁਤ ਹੀ ਭਾਗਾਂ ਨਾਲ ਪ੍ਰਾਪਤ ਹੁੰਦਾ। ਵੱਡ ਭਾਗੀ ਹਰ ਸੰਗਤ ਪਾਵੈ,
ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਨਾਲ ਇਹ ਸੰਗਤ ਮਿਲਦੀ ਹੈ। ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ। ਅੰਤਕਰਨ ਦੀ ਮੈਲ ਸੰਗਤ ਕਰਨ ਤੋਂ ਬਿਨਾਂ ਦੂਰ ਨਹੀਂ ਹੁੰਦੀ। ਜਦੋਂ ਤੱਕ ਅੰਦਰ ਮੈਲ ਪਰਮੇਸ਼ਰ ਦਾ ਵਾਸਾ ਨਹੀਂ ਹੁੰਦਾ। ਸਾਧ ਸੰਗਤ ਜਿਉਂ ਜਿਉਂ ਨਾਮ ਪਰਪੱਕ ਹੁੰਦਾ, ਇਨਸਾਨ ਨਾਮ ਜਪਦਾ ਤਾਂ ਉਹਨੂੰ ਇੱਦਾਂ ਲੱਗਦਾ ਵੀ ਸਰੀਰ ਹੌਲਾ ਹੁੰਦਾ ਜਾਂਦਾ। ਜਿੰਨੇ ਵੀ ਪਾਪ ਨੇ ਉਹਨਾਂ ਦਾ ਨਾਸ ਹੋ ਜਾਂਦਾ, ਵਿਘਨ ਦੂਰ ਹੋ ਜਾਂਦੇ, ਦੁੱਖ ਦੂਰ ਹੋ ਜਾਂਦੇ, ਰੁਕਾਵਟਾਂ ਦੂਰ ਹੋ ਜਾਂਦੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਪਰਥਾਈ, ਮਹਾਰਾਜ ਕਹਿੰਦੇ ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਰਦਾਇਆ। ਜਿਨ੍ਹਾਂ ਨੇ ਸਤਿਗੁਰ ਦਾ ਨਾਮ ਦ੍ਰਿੜ ਕੀਤਾ, ਜਿਹੜੇ ਮੂਲ ਮੰਤਰ ਨਾਲ ਜੁੜ ਗਏ, ਵਿਘਨ ਨਹੀਂ ਆ ਸਕਦਾ ਕੋਈ। ਹਾਂ, ਕਈ ਵਾਰੀ ਸਮਾਂ ਲੱਗ ਜਾਂਦਾ, ਕਈ ਵਾਰੀ ਸਮਾਂ ਜ਼ਰੂਰ ਲੱਗ ਜਾਂਦਾ। ਉਹ ਪਰਮੇਸ਼ਰ ਨੂੰ ਪਤਾ ਹੁੰਦਾ, ਵਾਹਿਗੁਰੂ ਨੂੰ ਪਤਾ ਵੀ ਅਜੇ ਇਹਨੂੰ ਇਹ ਵਸਤੂ ਦੀ ਲੋੜ ਨਹੀਂ ਹੈ। ਆਪਾਂ ਕਰਦੇ ਹਾਂ ਕਾਹਲੀ, ਕਾਹਲੀ ਦੇ ਵਿੱਚ ਫਿਰ ਕੰਮ ਖਰਾਬ ਹੁੰਦਾ। ਪਰਮੇਸ਼ਰ ਨੂੰ ਪਤਾ ਵੀ ਅਜੇ ਇਹਨੂੰ ਲੋੜ ਨਹੀਂ ਹੈ, ਫਿਰ ਵੀ ਮੰਗ ਰਿਹਾ। ਸਮੇਂ 'ਤੇ ਵਸਤੂ ਦੀ ਪ੍ਰਾਪਤੀ ਹੁੰਦੀ ਹੈ, ਆਪਾਂ ਕਾਹਲੇ ਪੈ ਜਾਂਦੇ ਹਾਂ। ਮਹਾਰਾਜ ਕਹਿੰਦੇ ਵੀ ਜਿਹੜੇ ਨਾਮ ਜਪਦੇ ਉਹਨਾਂ ਨੂੰ ਵਿਘਨ ਨਹੀਂ ਆ ਸਕਦੇ। ਸਾਰੇ ਵਿਘਨ ਦੂਰ, ਸਾਰੇ ਦੁੱਖ ਦੂਰ। ਕੋਈ ਵੀ ਦੁੱਖ ਹੈ ਨਾਮ ਜਪਣ ਨਾਲ ਦੂਰ ਹੋ ਜਾਂਦਾ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਦੁੱਖਾਂ ਦਾ ਨਾਸ ਹੋ ਜਾਂਦਾ। ਸਤਿਗੁਰ ਨਾਮ ਦਰੜਾਇਆ, ਕੋਈ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰਿਆ। ਪਾਪ ਦੂਰ ਹੋ ਜਾਂਦੇ, ਜਿੰਨੇ ਮਰਜ਼ੀ ਪਾਪ ਕੀਤੇ ਹੋਣ। ਸਾਧ ਸੰਗਤ ਇੱਕ ਜਨਮ ਦੇ ਨਹੀਂ, ਮਹਾਰਾਜ ਕਹਿੰਦੇ ਕਈ ਜਨਮਾਂ ਦੇ। ਆਪ ਜੀ ਨੇ ਸ਼ਬਦ ਪੜ੍ਹਿਆ, ਜਨਮ ਜਨਮ ਕੇ ਦੁੱਖ ਨਿਵਾਰੈ। ਜਨਮਾਂ ਜਨਮਾਂ ਦੇ, ਇੱਕ ਜਨਮ ਦੇ ਨਹੀਂ। ਇੱਕ ਰੋਗ ਲੱਗ ਜਾਵੇ ਬੰਦਾ ਸੋਚੀ ਜਾਂਦਾ ਪਤਾ ਨਹੀਂ ਇਹ ਦੂਰ ਹੋਣਾ ਕਿ ਨਹੀਂ ਹੋਣਾ। ਮਹਾਰਾਜ ਕਹਿੰਦੇ ਇੱਕ ਜਨਮ ਦੀ ਫਿਕਰ ਨਾ ਕਰ, ਜਨਮਾਂ ਜਨਮਾਂ ਦੇ ਰੋਗ ਸਤਿਗੁਰ ਠੀਕ ਕਰ ਦਿੰਦੇ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਧਾਰੈ, ਦਰਸ਼ਨ ਪੇੜਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਬਿੰਦਾ। ਜਦੋਂ ਪਰਮੇਸ਼ਰ ਵੈਦ ਬਣ ਕੇ ਆ ਗਿਆ ਫਿਰ ਕੋਈ ਘਾਟ ਨਹੀਂ ਰਹਿੰਦੀ। ਵੈਦ ਕੌਣ ਨੇ? ਗੁਰੂ ਨਾਨਕ ਸਾਹਿਬ। ਫਰੀਦ ਸਾਹਿਬ ਕਹਿੰਦੇ ਫਰੀਦਾ ਮੈਂ ਜਾਣਿਆ, ਦੁੱਖ ਮੁੱਝ ਕੋ ਦੁੱਖ ਸਬਾਇਆ, ਜੱਗ ਕੋਠੇ ਚੜ੍ਹ ਕੇ ਦੇਖਿਆ, ਘਰ ਘਰ ਰਿਹਾ ਅੱਗ। ਫਰੀਦ ਸਾਹਿਬ ਸ਼ਬਦ ਵਿੱਚ ਫਰਮਾਨ ਕਰਦੇ ਮੈਂ ਕਿਤੇ ਸੋਚਿਆ ਮੈਂ ਹੀ ਦੁਖੀ ਹਾਂ। ਕਹਿੰਦੇ ਜਦੋਂ ਕੋਠੇ ਚੜ੍ਹ ਕੇ ਦੇਖਿਆ ਸਾਰੀ ਦੁਨੀਆ ਦੁਖੀ ਹੈ। ਜਿਹਨੂੰ ਮਰਜ਼ੀ ਫੜ ਲਓ ਉਹ ਕਹਿੰਦਾ ਪਹਿਲਾਂ ਮੇਰਾ ਦੁੱਖ ਸੁਣ ਲਓ, ਆਪਣਾ ਬਾਅਦ 'ਚ ਸੁਣਾ ਦੀ।
ਟੈਨਸ਼ਨਾਂ ਪਈਆਂ ਹੋਈਆਂ, ਦੁੱਖ ਪੈ ਗਏ, ਮੁਸੀਬਤਾਂ ਪੈ ਗਈਆਂ। ਕਿਉਂ ਪਈਆਂ ਮੁਸੀਬਤਾਂ? ਆਪਾਂ ਬੇਮੁੱਖ ਹੋ ਗਏ ਬਾਬੇ ਨਾਨਕ ਤੋਂ। ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬਿਜੋ, ਖਿਣ ਮੈਂ ਕੌੜੇ ਹੋਏ ਗੇ ਜਿਤੜੇ ਮਾਇਆ ਭੋਗ। ਪਰਮੇਸ਼ਰ ਨੇ ਦਾਤਾਂ ਦਿੱਤੀਆਂ, ਮਿੱਠੀਆਂ ਦਾਤਾਂ, ਕੌੜੀਆਂ ਕਰ ਲਈਆਂ ਪਰਮੇਸ਼ਰ ਨੂੰ ਭੁਲਾ ਕੇ, ਸਭ ਕੁਛ ਮਿਲ ਗਿਆ, ਘਰ ਵੀ ਮਿਲ ਗਿਆ, ਗੱਡੀਆਂ ਕਾਰਾਂ ਵੀ ਮਿਲ ਗਈਆਂ, ਕਾਰੋਬਾਰ ਵਧੀਆ ਹੋ ਗਿਆ। ਜੁੜਨਾ ਚਾਹੀਦਾ ਸੀ ਪਰਮੇਸ਼ਰ ਦੇ ਨਾਲ ਹੋਰ, ਵੀ ਹੁਣ ਮਹਾਰਾਜ ਨੇ ਘਰ ਵੀ ਪਾਤਾ, ਗੱਡੀ ਵੀ ਵਧੀਆ ਹੋ ਗਈ, ਕਾਰੋਬਾਰ ਵੀ ਵਧੀਆ ਹੋ ਗਿਆ, ਨਾਮ ਵੀ ਚੰਗਾ ਹੋ, ਕਿਰਪਾ ਬਹੁਤ ਕਰਤੀ ਮਹਾਰਾਜ ਨੇ। ਉਹਨਾਂ ਜੁੜਨਾ ਚਾਹੀਦਾ ਸੀ ਵੱਧ, ਵੀ ਮਹਾਰਾਜ ਦਾ ਸ਼ੁਕਰਾਨਾ ਕਰੀਏ, ਨਾਮ ਜਪ ਵਧਾਈਏ। ਜੁੜਨਾ ਦਾ ਕੀ ਸੀ? ਸੰਗਤ ਵਿੱਚ ਆਉਣਾ ਹੀ ਛੱਡਤਾ, ਗੁਰਪੁਰਬਾਂ ਨੂੰ ਆਉਣਾ ਛੱਡਤਾ। ਜੇ ਪੁੱਛੀਏ ਵੀ ਹਾਂਜੀ ਸਿੰਘ ਸਾਹਿਬ ਕਿਉਂ ਨਹੀਂ ਆਉਂਦੇ, ਸਮਾਂ ਨਹੀਂ ਹੈ ਜੀ। ਹੁਣ ਦਾਤਾਂ ਦਿੱਤੀਆਂ ਸੀ ਪਰਮੇਸ਼ਰ ਨੇ, ਮਹਾਰਾਜ ਕਹਿੰਦੇ ਖਿਨ ਮੈਂ ਕੌੜੇ ਹੋਏ ਗੇ ਜਿਤੜੇ ਮਾਇਆ ਪੋ। ਇਸ ਕਰਕੇ ਜੇ ਪਰਮੇਸ਼ਰ ਨੇ ਦਾਤਾਂ ਦਿੱਤੀਆਂ, ਪਰਮੇਸ਼ਰ ਨੂੰ ਭੁੱਲਣਾ ਨਹੀਂ ਚਾਹੀਦਾ। ਬਾਹਰਲੇ ਦੇਸ਼ਾਂ ਵਾਲੇ 100-100 ਕਿਲੋਮੀਟਰ 'ਤੇ ਜਾ ਕੇ ਸਤਸੰਗ ਕਰਦੇ, ਕਿਉਂ ਗੁਰਦੁਆਰਾ ਸਾਹਿਬ ਨੇੜੇ ਨਹੀਂ ਹੈ, ਕਿਤੇ 50 ਕਿਲੋਮੀਟਰ 'ਤੇ, ਕਿਤੇ 70 ਕਿਲੋਮੀਟਰ 'ਤੇ, ਕਿਤੇ 100 ਕਿਲੋਮੀਟਰ 'ਤੇ, ਕਈਆਂ ਨੂੰ 200 ਕਿਲੋਮੀਟਰ ਪੈ ਜਾਂਦਾ। ਉਹ ਹਫ਼ਤੇ ਬਾਅਦ ਜ਼ਰੂਰ ਸਤਸੰਗ ਕਰਦੇ ਵੀ ਪਰਮੇਸ਼ਰ ਨਾਲ ਜੁੜੇ ਰਹੀਏ। ਆਪਣੇ 'ਤੇ ਤਾਂ ਮਹਾਰਾਜ ਨੇ ਕਿਰਪਾ ਕੀਤੀ ਹੈ, ਹਰ ਪਿੰਡ 'ਚ ਗੁਰਦੁਆਰਾ ਸਾਹਿਬ ਹੈ। ਆਪਾਂ ਜੁੜੀਏ, ਹੁਣ ਜੁੜਨ ਦਾ ਸਮਾਂ ਸਾਧ ਸੰਗਤ। ਆ ਜਿਹੜਾ ਕਲਯੁੱਗ ਦਾ ਸਮਾਂ, ਇਹ ਜੁੜਨ ਦਾ ਸਮਾਂ, ਜੁੜੀਏ। ਹਫ਼ਤੇ ਬਾਅਦ ਜ਼ਰੂਰ, ਜਿੱਥੇ ਵੀ ਸਤਸੰਗ ਹੁੰਦਾ ਹੋਵੇ, ਪਰਮੇਸ਼ਰ ਦੀ ਸਿਫਤ ਸਲਾਹ ਹੁੰਦੀ ਹੋਵੇ, ਜ਼ਰੂਰ ਕਰੋ ਸਤਸੰਗ। ਜੇ ਕਿਤੇ ਸਤਪੁਰਖ ਦਾ ਸੰਗ ਮਿਲ ਜਾਵੇ, ਸਾਧੂ ਦਾ ਸੰਗ ਮਿਲ ਜਾਵੇ, ਫਿਰ ਤਾਂ ਛੱਡਣਾ ਨਹੀਂ ਚਾਹੀਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦ ਤੱਕ ਸਰੀਰ ਹੈ, ਲਾਹਾ ਲੈਣਾ ਚਾਹੀਦਾ। ਜਦੋਂ ਸਰੀਰ ਤੋਂ ਚਲੇ ਜਾਂਦੇ ਮਹਾਂਪੁਰਖ, ਫਿਰ ਬੰਦਾ ਸੋਚਦਾ ਵੀ ਉਹ ਲਾਹਾ ਨਹੀਂ ਲੈ ਸਕੇ। ਸੰਗਤਾਂ ਲਾਹਾ ਲੈਣ ਵਾਸਤੇ ਕਾਬਲ ਤੋਂ ਆਉਂਦੀਆਂ ਸੀ ਗੁਰੂ ਨਾਨਕ ਸਾਹਿਬ ਦੇ ਕੋਲ। ਸਾਲ ਬਾਅਦ, ਕਿਉਂ ਦੂਰ ਸੀ ਕਾਬਲ ਤੋਂ ਆਉਣਾ, ਕੋਈ 100 ਮੀਲ ਤੋਂ ਆਉਂਦਾ, ਕੋਈ 200 ਮੀਲ ਤੋਂ ਆਉਂਦਾ। ਸੰਗਤਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਜੋਟੀਆਂ ਬਣਾ ਕੇ ਪਹਿਲਾਂ ਸ਼ਬਦ ਪੜ੍ਹਦੇ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨੂੰ ਕਾਬਲ ਕੰਧਾਰ ਦੀ ਸੰਗਤ 1 ਸਾਲ ਬਾਅਦ ਜਾਇਆ ਕਰਦੀ ਸੀ। ਕੋਈ ਨਾਸਤਕ ਮਿਲ ਗਿਆ ਰੱਬ ਦੀ ਹਸਤੀ ਤੋਂ ਮੁਨਕਰ, ਜਿਹੜਾ ਰੱਬ ਨੂੰ ਨਹੀਂ ਮੰਨਦਾ,
ਜਿਹਨੇ ਬਣਾਇਆ ਉਹਨੂੰ ਹੀ ਭੁੱਲ ਗਏ। ਉਹ ਕਹਿਣ ਲੱਗਿਆ ਵੀ ਤੁਸੀਂ ਕਿੱਥੇ ਚੱਲੇ ਹੋ ਭਾਈ? ਕਹਿੰਦੇ ਅਸੀਂ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ। ਕੀ ਮਿਲਦਾ ਤੁਹਾਨੂੰ ਗੁਰੂ ਦੇ ਦਰਸ਼ਨ ਕਰਕੇ? ਜਿਹੜਾ ਮੁਖੀ ਸੀ ਸਿੱਖ, ਉਹ ਕਹਿਣ ਲੱਗਿਆ ਵੀ ਹੋਰ ਤਾਂ ਸਾਨੂੰ ਪਤਾ ਨਹੀਂ, ਪਰ ਇੱਕ ਸਾਲ ਸਾਡੇ ਮਨ ਨੂੰ ਸ਼ਾਂਤੀ ਰਹਿੰਦੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨੀ ਵੱਡੀ ਗੱਲ ਕਹੀ ਉਹ। ਇਹ ਜਿਹੜੀ ਸਾਖੀ ਹੈ ਭਾਈ ਬਾਲੇ ਵਾਲੀ, ਸਾਖੀ ਦੇ ਵਿੱਚ ਇੱਕ ਕਥਾ ਆਉਂਦੀ ਹੈ, ਭਾਈ ਬਾਲਾ ਜੀ ਬੋਲਦੇ, ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਦੇ, ਪਹਿੜਾ ਮੋਖਾ ਲਿਖਾਰੀ ਲਿਖਦਾ। ਉਹ ਨਾਸਤਕ ਬੰਦੇ ਨੇ ਪੁੱਛਿਆ ਜਿਹੜਾ ਰੱਬ ਨੂੰ ਨਹੀਂ ਮੰਨਦਾ, ਕਹਿੰਦਾ ਤੁਸੀਂ ਜਾਣੇ ਹੋ ਗੁਰੂ ਦੇ ਦਰਸ਼ਨ ਕਰਕੇ ਤੁਹਾਨੂੰ ਮਿਲਦਾ ਕੀ ਹੈ? ਗੁਰੂ ਦਾ ਸਿੱਖ ਕਹਿਣ ਲੱਗਿਆ ਵੀ ਇੱਕ ਸਾਲ ਸਾਡੇ ਮਨ ਨੂੰ ਸ਼ਾਂਤੀ ਰਹਿੰਦੀ ਹੈ, ਪੂਰਾ ਇੱਕ ਸਾਲ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ। ਹੋਰ ਕੀ ਮਿਲਦਾ? ਕਹਿੰਦੇ ਕਾਰੋਬਾਰ ਦੇ ਵਿੱਚ ਵਾਧੇ ਨੇ, ਕੋਈ ਘਾਟ ਕੋਈ ਨਹੀਂ। ਹੋਰ ਕੀ ਮਿਲਦਾ? ਕਹਿੰਦੇ ਹੋਰ ਪੁੱਛ ਕੇ ਦੱਸ ਦਾਂਗੇ। ਸਾਧ ਸੰਗਤ ਜਦੋਂ ਬੰਦਾ ਦੂਰ ਬੈਠਿਆ ਹੁੰਦਾ ਨਾ ਕਿਤੇ, ਤਾਂ ਉਹਦੇ ਮਨ ਦੇ ਵਿੱਚ ਪਿਆਰ ਬੜਾ ਹੁੰਦਾ, ਨੇੜੇ ਵਾਲਿਆਂ ਨੂੰ ਓਨਾ ਪਿਆਰ ਨਹੀਂ ਜਾਗਦਾ। ਜਿਹੜੇ ਹਰਿਮੰਦਰ ਸਾਹਿਬ ਤੋਂ 250 ਕਿਲੋਮੀਟਰ ਦੂਰ ਬੈਠੇ ਨੇ, ਉਹਨਾਂ ਦਾ ਗੁਰੂ ਰਾਮਦਾਸ ਮਹਾਰਾਜ ਨਾਲ ਪਿਆਰ ਹੈ ਵੀ ਕਿਤੇ ਉੱਡ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਈਏ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਨੂੰ ਪਿਆਰ ਜਾਗਦਾ। ਜਿਹੜੇ ਹਜ਼ੂਰ ਸਾਹਿਬ ਤੋਂ ਦੂਰ ਬੈਠੇ 2000 ਕਿਲੋਮੀਟਰ, ਉਹਨਾਂ ਦਾ ਦਿਲ ਕਰਦਾ ਸਾਲ ਬਾਅਦ ਹਜ਼ੂਰ ਸਾਹਿਬ ਜਾ ਕੇ ਦਰਸ਼ਨ ਕਰ ਲਈਏ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਸਾ ਰਹਿੰਦੇ ਮਹਾਰਾਜ, ਹਾਜ਼ਰ ਨਾਜ਼ਰ, ਹਾਜ਼ਰ ਨਾਜ਼ਰ ਸਤਿਗੁਰੂ। 60 ਸਾਲ 'ਚ ਇੱਕ ਵਾਰੀ, 60 ਸਾਲਾਂ 'ਚ ਮਹਾਰਾਜ ਉਡੀਕਦੇ ਨੇ ਵੀ ਬੰਦੇ ਦੀ ਉਮਰ 60 ਸਾਲ ਦੀ ਹੋ ਗਈ ਜਾਣਾ ਚਾਹੀਦਾ। 60 ਸਾਲਾਂ ਤੱਕ ਮਹਾਰਾਜ ਉਡੀਕਦੇ ਨੇ ਵੀ ਇੱਕ ਵਾਰੀ ਜ਼ਰੂਰ ਪਾਈ ਆ ਸਿੱਖਾ, ਮੈਂ ਤੈਨੂੰ ਉਡੀਕ ਰਿਹਾ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੇ ਸਿੱਖ ਦਾ ਗੁਰੂ ਨਾਲ ਪਿਆਰ ਹੈ ਨਾ, ਤਾਂ ਉਹਦੇ ਅੰਦਰ ਬਲਬਲੇ ਉੱਠਦੇ ਨੇ, ਉਹਦੇ ਅੰਦਰ ਪਿਆਰ ਉੱਠਦਾ ਵੀ ਮੈਂ ਉੱਡ ਕੇ ਮਿਲ ਜਾਂ। ਜੇ ਖੰਭ ਕਿਤੇ ਕਹਿੰਦੇ ਬਾਜ਼ਾਰ 'ਚ ਮਿਲਦੇ ਹੋਣ, ਮੈਂ ਸਰੀਰ ਨੂੰ ਖੰਭ ਲਾ ਕੇ ਉੱਡ ਕੇ ਗੁਰੂ ਕੋਲ ਚਲਿਆ ਜਾਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉੱਡ ਕੇ ਗੁਰਾਂ ਨੂੰ ਮਿਲ ਜਾਂ, ਜੇ ਖੰਭ ਵਿਕਦੇ ਹੋਣ ਬਾਜ਼ਾਰੀ, ਉੱਡ ਕੇ ਗੁਰਾਂ ਨੂੰ ਮਿਲ ਜਾਂ, ਜੇ ਖੰਭ ਵਿਕਦੇ ਹੋਣ ਬਾਜ਼ਾਰੀ, ਉਹ
ਸਰੀਰ ਨੂੰ ਲਾ ਕੇ ਉੱਡ ਕੇ ਗੁਰੂ ਕੋਲ ਪਹੁੰਚ ਜਾਈਏ, ਇਹ ਮਨ ਦੇ ਬਲਬਲੇ। ਸਾਧ ਸੰਗਤ, ਜਦੋਂ 2019 ਦੀ ਗੱਲ ਹੈ, ਪਹਿਲੀ ਵਾਰੀ ਹਜ਼ੂਰ ਸਾਹਿਬ ਜਾਣ ਦਾ ਮੌਕਾ ਮਿਲਿਆ। ਦਾਸ ਦੇ ਪਿਤਾ ਜੀ ਵੱਡੇ ਮਹਾਂਪੁਰਖ ਹਰ ਸਾਲ ਹਜ਼ੂਰ ਸਾਹਿਬ ਜਾਇਆ ਕਰਦੇ ਸੰਗਤਾਂ ਨੂੰ ਲੈ ਕੇ। ਸਮਾਣੇ ਤੋਂ ਜਥੇਦਾਰ ਜਗਰੂਪ ਸਿੰਘ ਉਹਨਾਂ ਦਾ ਟਰੱਕ ਜਾਇਆ ਕਰਦਾ, ਪਹਿਲਾ ਟਰੱਕ ਲਿਆ ਉਹਨਾਂ ਨੇ। 1982 ਦੀ ਗੱਲ ਹੈ ਜਦੋਂ ਪਹਿਲੀ ਵਾਰ ਮਹਾਰਾਜ ਗਏ ਸੰਗਤਾਂ ਨਾਲ। 5 ਦਿਨ ਲੱਗੇ ਜਾਣ ਨੂੰ ਟਰੱਕ ਦੇ ਵਿੱਚ, 2000 ਕਿਲੋਮੀਟਰ ਹੈ ਸਮਾਂ ਲੱਗ ਜਾਂਦਾ। ਕੀਰਤਨ ਕਰਦੇ ਗਏ ਮਹਾਰਾਜ, ਸੰਗਤਾਂ ਨੇ ਉਹ ਜਿਹੜੇ ਕੌਤਕ ਦੇਖੇ ਉਹ ਆਪਾਂ ਇੱਥੇ ਸੁਣਾ ਨਹੀਂ ਸਕਦੇ, ਕਿਉਂ, ਇਹ ਬਰਮ ਦੀਆਂ ਬਾਤਾਂ ਹਜ਼ਮ ਨਹੀਂ ਹੁੰਦੀਆਂ, ਹਜ਼ਮ ਕਰਨੀਆਂ ਬੜੀਆਂ ਔਖੀਆਂ। ਇਹ ਕਿੱਦਾਂ ਹੋ ਗਿਆ, ਉਹ ਕਿੱਦਾਂ ਹੋ ਗਿਆ, ਭਗਤੀ ਕਰੋ। ਸਾਧ ਸੰਗਤ ਫਿਰ ਸਵਾਲ ਨਹੀਂ ਰਹਿ ਜਾਂਦੇ, ਫਿਰ ਵਿਸ਼ਵਾਸ ਬਣਦਾ, ਭਰੋਸਾ ਬਣਦਾ। ਭਗਤੀ ਕਰਕੇ ਪਤਾ ਲੱਗਦਾ ਵੀ ਪਰਮੇਸ਼ੁਰ ਕੁਛ ਵੀ ਕਰ ਸਕਦੇ। ਆ ਜਿਹੜੀਆਂ ਕਰਾਮਾਤਾਂ ਕਹਿੰਦੇ ਹੁੰਦੀਆਂ ਨੇ, ਇਹ ਤਾਂ ਰੋਜ਼ ਵਰਤਦੀਆਂ ਭਗਤਾਂ ਦੇ ਨਾਲ, ਕੌਤਕ ਤਾਂ ਰੋਜ਼ ਹੋ ਰਹੇ ਨੇ, ਪਰ ਸਾਧ ਸੰਗਤ ਆਪਾਂ ਕੌਤਕ ਹੀ ਨਹੀਂ ਦੇਖੀ ਜਾਣੇ ਵੀ ਆਪਾਂ ਕੌਤਕ ਹੀ ਮਹਾਰਾਜ ਆਪਾਂ ਨੂੰ ਦਿਖਾਈ ਜਾਵੇ। ਆਪਾਂ ਜੁੜਨਾ ਮਹਾਰਾਜ ਨਾਲ, ਇੱਕ ਵਾਰੀ ਕੌਤਕ ਦੇਖ ਲਿਆ, ਦੋ ਵਾਰੀ ਦੇਖ ਲਿਆ, ਤੀਜੀ ਵਾਰੀ ਦੇਖ ਲਿਆ, ਹੱਥ ਜੋੜ ਕੇ ਜੁੜ ਜਾਓ ਮਹਾਰਾਜ ਨਾਲ। ਇਹ ਨਹੀਂ ਵੀ ਹੁਣ ਗੁਰੂ ਕੌਤਕ ਹੀ ਦਿਖਾਈ ਜਾਣ, ਪਰਮੇਸ਼ੁਰ ਨਾਲ ਜੁੜੋ, ਗੁਰੂ ਨਾਨਕ ਸਾਹਿਬ ਨਾਲ ਪੂਰਾ ਭਰੋਸਾ ਰੱਖ ਕੇ ਜੁੜੋ। ਬਸ ਇੱਕ ਗੱਲ ਦਿਮਾਗ 'ਚ ਰੱਖ ਲਓ ਵੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਇਹ ਗੱਲ ਕੌਣ ਕਹਿ ਰਹੇ ਨੇ? ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ ਦਿਮਾਗ 'ਚ ਬਿਠਾ ਲਓ, ਕਿਸੇ ਬੰਦੇ ਨੇ ਨਹੀਂ ਕਹੀ ਇਹ ਗੱਲ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਕਾਰ ਸਾਰਿਆਂ ਦਾ ਦੁਨੀਆ 'ਤੇ, ਕੋਈ ਵੀ ਦੇਵੀ ਦੇਵਤਾ ਮਹਾਰਾਜ ਨੇ ਬਣਾਇਆ, ਉਹਦੀ ਡਿਊਟੀਆਂ ਲਾਈਆਂ,
ਪਰ ਆਪਣਾ ਭਰੋਸਾ ਇੱਕ 'ਤੇ ਰੱਖੋ। ਇੱਕ ਨਾਲ ਜੁੜਾਂਗੇ ਜਲਦੀ ਪ੍ਰਾਪਤੀ ਹੋਏਗੀ। ਸੋ ਸਾਧ ਸੰਗਤ ਮਹਾਰਾਜ ਕੀਰਤਨ ਕਰਦੇ ਹਜ਼ੂਰ ਸਾਹਿਬ ਪਹੁੰਚੇ, ਬੜੇ ਸੰਗਤਾਂ ਨੇ ਕੌਤਕ ਦੇਖੇ ਜਿਨ੍ਹਾਂ ਦੀ ਬਿਰਤੀ ਮਹਾਰਾਜ ਨਾਲ ਜੁੜੀ ਹੋਈ ਸੀ, ਜਿਨ੍ਹਾਂ ਦੇ ਮਨ ਵਿੱਚ ਭਗਤੀ ਦਾ ਬੀਜ ਬੀਜਿਆ ਹੋਇਆ ਸੀ, ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਅੰਮ੍ਰਿਤ ਵੇਲੇ ਜਾਗਦੀਆਂ, ਉਹਨਾਂ ਨੂੰ ਦਰਸ਼ਨ ਵੀ ਹੋਏ। ਉੱਥੇ ਫਿਰ ਮਹਾਰਾਜ ਦੇ ਬਚਨ ਹੋਏ, ਜਹੇਦਾਰ ਜਗਰੂਪ ਸਿੰਘ ਨੂੰ ਕਹਿੰਦੇ ਭਾਈ ਸੰਗਤ ਲੈ ਕੇ ਆਇਆ, ਤੂੰ ਕਿਰਾਇਆ ਵੀ ਨਹੀਂ ਲਿਆ। ਤੂੰ ਉਸ ਵੇਲੇ ਸੰਗਤਾਂ ਨੇ ਕਿਹਾ ਵੀ ਚਲੋ ਕਿਰਾਇਆ ਦੇ ਦਿੰਦੇ, ਨਾ ਭਾਈ ਤੇਲ ਪਵਾ ਦਿੰਦੇ ਹਾਂ। ਕਹਿੰਦੇ ਨਹੀਂ, ਸੇਵਾ ਹੀ ਹੈ। ਮਹਾਰਾਜ ਕਹਿੰਦੇ ਜੇ ਸੇਵਾ 'ਚ ਆਇਆ ਨਾ ਤੂੰ ਸੰਗਤਾਂ ਨੂੰ ਲੈ ਕੇ, ਤੈਨੂੰ 5 ਟਰੱਕ ਬਖਸ਼ਾਂਗੇ ਅਸੀਂ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। 1 ਟਰੱਕ ਲੈ ਕੇ ਗਿਆ ਸੀ ਉਹ। ਹਰ ਸਾਲ ਨਵਾਂ ਟਰੱਕ ਮਹਾਰਾਜ ਨੇ ਦੇਣਾ, ਫਿਰ ਸੰਗਤਾਂ ਲੈ ਕੇ ਜਾਣੀਆਂ। 7 ਟਰੱਕ ਬਖਸ਼ੇ, 5 ਤੋਂ 7 ਕਰਤੇ। ਸਾਧ ਸੰਗਤ ਅੱਜ ਵੀ ਜੁੜੇ ਹੋਏ ਨੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਦਾ ਪਰਿਵਾਰ ਅੱਜ ਵੀ ਜੁੜਿਆ। ਜਿਹੜਾ ਉਹਨਾਂ ਦਾ ਪਰਿਵਾਰ ਹੈ ਜਹੇਦਾਰ ਜਗਰੂਪ ਸਿੰਘ ਦਾ, ਆਪ ਤਾਂ ਹੁਣ ਬਿਰਧ ਹੋ ਗਏ। ਬਿਰਧ ਸਰੀਰ ਤੋਂ ਫਿਰ ਸਾਧ ਸੰਗਤ ਅੱਗੇ ਅੱਗੇ ਨਹੀਂ ਤੁਰਿਆ ਜਾਂਦਾ, ਫਿਰ ਉਹ ਗੱਲਬਾਤ ਨਹੀਂ ਰਹਿੰਦੀ। ਧਿਆਨ ਮਹਾਰਾਜ ਵੱਲ ਹੋਣਾ ਚਾਹੀਦਾ, ਉਹਨਾਂ ਦਾ ਧਿਆਨ ਹੈ। ਪੁਰਾਣੇ ਸੇਵਾਦਾਰਾਂ ਨੇ ਜਿਨ੍ਹਾਂ ਨੇ ਮਹਾਰਾਜ ਦੇ ਨਾਲ ਸੇਵਾ ਕੀਤੀ, ਸੇਵਾ ਕਿਸੇ ਦੀ ਬਿਰਥਾ ਨਹੀਂ ਜਾਂਦੀ, ਨਾਮ ਜਪਿਆ ਬਿਰਥਾ ਨਹੀਂ ਜਾਂਦਾ, ਫਲ ਉਹਨੂੰ ਜ਼ਰੂਰ ਮਿਲਦਾ। ਮਹਾਰਾਜ ਨੇ ਬਖਸ਼ਾਂ ਕਰਤੀਆਂ। ਜਿਹੜੀ ਆਪਣੇ ਜੋਤ ਜਗ ਰਹੀ ਹੈ ਨਾ ਤਪ ਸਥਾਨ ਦੇ ਵਿੱਚ, ਇਹ ਮਹਾਰਾਜ ਹਜ਼ੂਰ ਸਾਹਿਬ ਤੋਂ ਲੈ ਕੇ ਆਏ ਸੀ। ਰੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉੱਥੇ ਮੋਨੀ ਜੀ, ਹੁਣ ਬਾਬਾ ਕੁਲਵੰਤ ਸਿੰਘ ਜੀ ਮੋਨੀ ਨੇ, ਇਹਨਾਂ ਦੇ ਪਿਤਾ ਜੀ ਹੁੰਦੇ ਸੀ। ਉਹਨਾਂ ਨੂੰ ਬੇਨਤੀ ਕੀਤੀ ਮਹਾਂਪੁਰਖਾਂ ਨੇ ਵੀ ਅਸੀਂ ਦਰਬਾਰ ਸਾਹਿਬ ਦੇ ਵਿੱਚ ਜੋਤ ਜਗਾਉਣਾ ਚਾਹੁੰਦੇ ਹਾਂ, ਸਾਨੂੰ ਜੋਤ ਮਿਲ ਸਕਦੀ ਹੈ ਇੱਥੋਂ। ਕਹਿੰਦੇ ਕੋਈ ਨਹੀਂ, ਜੋਤ ਜਗਾ ਕੇ ਦੇ ਦਿੰਦੇ ਹਾਂ। ਮਹਾਂਪੁਰਖ ਹਜ਼ੂਰ ਸਾਹਿਬ ਤੋਂ, ਪੁਰਾਣੇ ਸੇਵਾਦਾਰਾਂ ਨੂੰ ਪਤਾ ਇਹ ਜੋਤ ਹਜ਼ੂਰ ਸਾਹਿਬ ਦੀ, ਉੱਥੋਂ ਲੈ ਕੇ ਆਏ ਸੀ ਮਹਾਰਾਜ। ਹਰ ਸਾਲ ਜਾਣਾ ਮਹਾਰਾਜ ਨੇ, ਕੀਰਤਨ ਕਰਦਿਆਂ ਨੇ ਜਾਣਾ। ਜਿਨ੍ਹਾਂ ਜਿਨ੍ਹਾਂ ਨੇ ਮਹਾਂਪੁਰਖਾਂ ਨਾਲ ਯਾਤਰਾ ਕੀਤੀ ਹੈ ਉਹ ਅੱਜ ਵੀ ਯਾਦ ਕਰਦੇ, ਕਹਿੰਦੇ ਯਾਤਰਾ ਤਾਂ ਹੁਣ ਵੀ ਕਰਦੇ ਹਾਂ, ਉਹ ਆਨੰਦ ਨਹੀਂ ਆਇਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਆਨੰਦ ਸਾਧੂ ਨਾਲ ਹੈ ਨਾ, ਉਹ ਇਕੱਲੇ ਨਹੀਂ ਆ ਸਕਦਾ। ਇਕੱਲੇ ਤੁਸੀਂ ਜਿੰਨੇ ਮਰਜ਼ੀ ਭਾਵੇਂ ਪਰਿਵਾਰ ਨਾਲ ਜਾਓ, ਇਕੱਲੇ ਜਾਓ, ਜੇ ਤੁਸੀਂ ਮਹਾਂਪੁਰਖ ਨੂੰ ਨਾਲ ਲੈ ਕੇ ਸਾਧੂ ਨੂੰ, ਸੰਗਤਾਂ ਜਾਣਗੀਆਂ ਨਾ ਇਕੱਠੀਆਂ ਹੋ ਕੇ, ਉਹਦਾ ਆਨੰਦ ਹੀ ਵੱਖਰਾ। 2019 ਦੀ ਗੱਲ ਹੈ, ਜਦੋਂ ਦਾਸ ਪਹਿਲੀ ਵਾਰੀ ਮੈਂ ਗਿਆ, ਪਹਿਲੀ ਵਾਰੀ ਮੋਨੀ ਜੀ ਮਿਲੇ, ਬਾਬਾ ਕੁਲਵੰਤ ਸਿੰਘ ਜੀ। ਆਵਾਜ਼ ਮਾਰੀ, ਕਹਿੰਦੇ ਮਹਾਰਾਜ ਆ ਗਏ। ਮੈਂ ਕਿਹਾ ਹਾਂ ਮਹਾਰਾਜ, ਬੁਲਾ ਲਿਆ ਤੁਸੀਂ। ਸ਼ਾਮ ਨੂੰ ਕਮਰੇ 'ਚ ਮਿਲਣੀ ਹੋ, ਪਹਿਲਾਂ ਮੱਥਾ ਟੇਕ ਲਓ ਜਾ ਕੇ। ਮੈਂ ਕਿਹਾ ਸਤਿ ਵਚਨ।
ਜਦੋਂ ਅਸੀਂ ਦਰਬਾਰ ਸਾਹਿਬ ਹਜ਼ੂਰ ਸਾਹਿਬ ਦੇ ਅੰਦਰ ਮੱਥਾ ਟੇਕਿਆ, ਦੁਨੀਆਂ ਦੇ ਸਰੋਪੇ ਪੈ ਰਹੇ ਨੇ ਸਾਡੇ ਤੇ, ਉਹਨਾਂ ਨੇ ਰੁਮਾਲੇ ਸਾਹਿਬ ਵੀ ਪਾਤੇ। ਮੈਂ ਦੇਖਦਾ, ਮੈਂ ਕਿਹਾ ਮਹਾਰਾਜ ਇਹ ਕੀ ਲੀਲਾ ਵਰਤ ਰਹੀ ਹੈ, ਆਮ ਤਾਂ ਸਰੋਪੇ ਦਿੰਦੇ ਤੇ ਆਪ ਜੀ ਕੀ ਲੀਲਾ ਕਰ ਰਹੇ ਹੋ। ਸਾਰੀ ਜਿਹੜੇ ਨਾਲ ਸੀ ਸੰਗਤ ਉਹਨਾਂ ਨੂੰ ਬਰਾਗ ਆ ਗਿਆ। ਕਿੱਥੇ ਸਰੋਪੇ ਪਹਿਨਦੇ, ਕਿੱਥੇ ਰੁਮਾਲੇ ਸਾਹਿਬ, ਸਾਡੇ ਸਿਰਾਂ 'ਤੇ ਰੁਮਾਲੇ ਸਾਹਿਬ ਰੱਖ ਦਿੱਤੇ, ਮੋਢਿਆਂ 'ਤੇ ਰੁਮਾਲੇ ਸਾਹਿਬ ਪਾ ਰਹੇ ਨੇ। ਇੰਨੀ ਵਡਿਆਈ ਮਹਾਰਾਜ ਦੇ ਰਹੇ। ਸਾ ਸੰਗਤ ਜੇ ਗੁਰੂ ਦੇ ਬਣ ਜਾਈਏ, ਗੁਰੂ ਆਪਣਾ ਹੀ ਬਣਾ ਲੈਂਦੇ, ਆਪਣਾ ਰੂਪ ਹੀ ਦੇ ਦਿੰਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦੇ ਬਣ ਕੇ ਦੇਖੋ, ਮਨ ਕਰਕੇ ਬਣੋ, ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਮਹਾਰਾਜ, ਇਹ ਜਿਹੜਾ ਮਨੁੱਖਾ ਜਨਮ ਮਿਲਿਆ ਆਉਣਾ ਸਫਲ ਹੋ ਜਾਵੇ, ਮੇਰੇ 'ਤੇ ਕਿਰਪਾ ਕਰ ਦਿਓ। ਮਨ ਦੇ ਵਿੱਚ ਖਿੱਚ ਬਣਨੀ ਚਾਹੀਦੀ ਹੈ, ਮਨ ਦੇ ਵਿੱਚ ਪ੍ਰੇਮ ਹਰ ਵੇਲੇ ਰਹਿਣਾ ਚਾਹੀਦਾ, ਜਿਵੇਂ ਨਾਮਦੇਵ ਜੀ ਦੇ ਮਨ ਦੇ ਵਿੱਚ ਪ੍ਰੇਮ ਰਹਿੰਦਾ ਸੀ। ਮਹਾਰਾਜ ਨੂੰ ਜਦੋਂ ਬੁਲਾਉਣਾ, ਮਹਾਰਾਜ ਤੇਰੇ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ, ਆ ਜਾਓ ਮਹਾਰਾਜ। ਮਹਾਰਾਜ ਨੇ ਕਹਿਣਾ ਤੂੰ ਕੌਣ ਰੇ, ਕੌਣ ਬੋਲਦਾ ਬਈ, ਮੈਂ ਜੀ ਨਾਮਾ ਉਹ ਜੀ ਆਲਾ ਤੇ ਨਿਵਾਰਨਾ ਜਮਕਾਰਨਾ। ਮਹਾਰਾਜ ਇੱਕਦਮ ਭੱਜੇ ਹੁੰਦੇ ਸੀ। ਗੱਲ ਪ੍ਰੇਮ ਦੀ ਹੈ, ਖਿੱਚ ਪੈਣੀ ਚਾਹੀਦੀ ਹੈ। ਕਾਬਲ ਦੀ ਸੰਗਤ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦੇ ਪਹੁੰਚੀ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਵੀ ਹਾਜ਼ਰ ਨਾਜ਼ਰ ਨੇ। ਜਿਹੜਾ ਆਮ ਬੰਦਾ ਨਾ, ਉਹਦਾ ਜਨਮ ਵੀ ਹੁੰਦਾ ਅਤੇ ਉਹਨੇ ਮਰਨਾ ਵੀ ਹੈ। ਇੱਕ ਗੱਲ ਧਿਆਨ ਦੇ ਵਿੱਚ ਦਿਮਾਗ 'ਚ ਪਾ ਲਓ, ਗੁਰੂ ਨਾਨਕ ਸਾਹਿਬ ਆਮ ਇਨਸਾਨ ਨਹੀਂ ਨੇ, ਉਹ ਪਰਮੇਸ਼ਰ ਨੇ, ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ। ਗੁਰ ਪਰਮੇਸ਼ਰ ਕੌਣ ਹੈ? ਗੁਰੂ ਨਾਨਕ ਸਾਹਿਬ। ਮਹਾਰਾਜ ਦਾ ਪ੍ਰਕਾਸ਼ ਹੋਇਆ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ, ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੈ ਪਵ ਲਈ। ਮਹਾਰਾਜ ਦਾ ਪ੍ਰਕਾਸ਼ ਹੋਇਆ ਅਤੇ ਦੇਹ ਸਮੇਤ ਮਹਾਰਾਜ ਸੱਚਖੰਡ ਗਏ। ਆਮ ਨਹੀਂ ਗੁਰੂ ਨਾਨਕ ਸਾਹਿਬ ਨੂੰ ਮਨਾਉਣਾ ਚਾਹੀਦਾ, ਖਾਸ ਰੱਖੋ, ਉਹ ਪਰਮੇਸ਼ਰ ਹੈ, ਹਾਜ਼ਰ ਨਾਜ਼ਰ ਸਤਿਗੁਰੂ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਆਸਣ ਦੇ ਬਿਰਾਜਮਾਨ, ਕਾਬਲ ਦੀ ਸੰਗਤ ਆਈ, ਮੱਥਾ ਟੇਕਿਆ, ਸੰਗਤਾਂ ਬੈਠੀਆਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ। ਸਾ ਸੰਗਤ ਜਿਹੜਾ ਵੀ ਦਰਸ਼ਨ ਕਰਦਾ, ਪਿਆਰੇ ਜੀ ਵਡਿਆਈ ਬਾਬੇ ਨਾਨਕ ਦੀ, ਪਿਆਰੇ ਜੀ ਵਡ
ਸਿਆਈ ਬਾਬੇ ਨਾਨਕ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਬੜਾ ਦੁੱਖ ਲੱਗਦਾ ਜਦੋਂ ਅੱਜ ਇੰਟਰਵਿਊ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਨੂੰ ਆਮ ਇਨਸਾਨ ਬਣਾਤਾ। ਕਿੱਥੇ ਗੁਰੂ ਨਾਨਕ ਸਾਹਿਬ ਨਾਲ ਜੁੜਨਾ ਚਾਹੀਦਾ ਸੀ, ਮੂਲ ਮੰਤਰ ਨਾਲ ਜੁੜਨਾ ਚਾਹੀਦਾ ਸੀ, ਮਹਾਰਾਜ ਨੂੰ ਹਿਰਦੇ 'ਚ ਵਸਾਉਣਾ ਚਾਹੀਦਾ ਸੀ। ਨਾਸਤਿਕ ਹੁੰਦਾ ਜਾ ਰਿਹਾ ਬੰਦਾ, ਜਿਹੜੀਆਂ ਕਥਾ ਕਹਾਣੀਆਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਉਹਨਾਂ ਨੂੰ ਅੱਜ ਕਹਿੰਦਾ ਝੂਠੀਆਂ ਨੇ ਜੀ। ਸਾਹ ਸੰਗਤ 20 ਰੁਪਏ ਦਾ ਲੰਗਰ ਚਲਾਇਆ ਸੀ ਮਹਾਰਾਜ ਜੀ ਨੇ, ਅੱਜ ਵੀ ਆਪਾਂ ਛਕ ਰਹੇ ਹਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਨਾਲ ਜੁੜੋ, ਮਹਾਰਾਜ ਨੂੰ ਮੰਨੋ। ਜਿਹੜਾ ਕੋਈ ਗੁਰੂ ਨਾਨਕ ਸਾਹਿਬ ਨੂੰ ਆਮ ਬੰਦਾ ਦੱਸਦਾ ਉਹਦੀ ਕਥਾ ਨਾ ਸੁਣਿਆ ਕਰੋ, ਨਹੀਂ ਤਾਂ ਮਨ ਤਾਂ ਪਹਿਲਾਂ ਹੀ ਟੁੱਟਿਆ ਹੋਇਆ। ਮਨ ਨੂੰ ਜੋੜਨਾ ਬੜਾ ਔਖਾ ਕਲਯੁਗ ਦੇ ਵਿੱਚ। ਪਹਿਲਾਂ ਤਾਂ ਸਤਸੰਗ ਨਹੀਂ ਮਿਲਦਾ, ਸਾਧੂ ਦਾ ਸੰਗ ਨਹੀਂ ਮਿਲਦਾ। ਕਲਯੁਗ ਨੇ ਜੁੜਨ ਥੋੜ੍ਹਾ ਦੇਣਾ, ਇਹਨੇ ਆਪਣਾ ਪੂਰਾ ਜ਼ੋਰ ਲਾਉਣਾ ਕਿ ਹੁਣ ਕਲਯੁਗ ਦਾ ਅਖੀਰ ਹੈ, ਇਹਨੇ ਤੁਹਾਨੂੰ ਜੁੜਨ ਨਹੀਂ ਦੇਣਾ।
ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਜੋ ਆਪਾਂ ਨੂੰ ਮਹਾਰਾਜ ਨੇ ਸਤਸੰਗ ਬਖਸ਼ਿਆ, ਸਰੀਰਾਂ ਨੂੰ ਤੰਦਰੁਸਤੀ ਬਖਸ਼ੀ ਹੈ। ਜੈ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ। ਸ਼ੁਕਰਾਨਾ ਕਰਿਆ ਕਰੋ ਮਹਾਰਾਜ ਦਾ, ਸੱਚੇ ਪਾਤਸ਼ਾਹ ਸਰੀਰਾਂ ਨੂੰ ਤੰਦਰੁਸਤੀ ਬਖਸ਼ੀ ਹੈ ਤੇਰੀ ਕਿਰਪਾ। ਹਸਪਤਾਲਾਂ ਦੇ ਹਸਪਤਾਲ ਭਰੇ ਪਏ ਨੇ, ਜਿੱਧਰ ਨੂੰ ਮਰਜ਼ੀ ਚਲੇ ਜਾਓ, ਲਾਈਨਾਂ ਲੱਗੀਆਂ, ਦੁਨੀਆਂ ਦੀਆਂ ਬਿਮਾਰੀਆਂ ਬਹੁਤ ਹੋ ਗਈਆਂ। ਸਾਧ ਸੰਗਤ, ਜੇ ਮਹਾਰਾਜ ਨੇ ਆਪਾਂ ਨੂੰ ਤੰਦਰੁਸਤੀ ਬਖਸ਼ੀ ਹੈ, ਸ਼ੁਕਰ ਕਰੋ, ਵੱਧ ਤੋਂ ਵੱਧ ਮੂਲ ਮੰਤਰ ਦਾ ਜਾਪ ਕਰੋ। ਜਿਹੜੇ ਮੰਨਦੇ ਨਹੀਂ ਨਾ ਵੀ ਇਹ ਤਾਂ ਐਵੇਂ ਕਰੀ ਜਾਂਦੇ ਜੀ, ਸ਼ਬਦ ਨਾਲ ਬੰਦਾ ਠੀਕ ਹੋ ਜਾਏਗਾ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨੂੰ ਤੁਹਾਨੂੰ ਇੱਕ ਬੀਬੀ ਆਉਣੀ ਹੈ, ਬੀਬੀ ਗੁਰਪ੍ਰੀਤ ਕੌਰ ਹਾਲੈਂਡ ਤੋਂ, ਇੱਥੋਂ 10,000 ਕਿਲੋਮੀਟਰ 'ਤੇ ਆ। ਉਹ ਰਿਪੋਰਟਾਂ ਵੀ ਲੈ ਕੇ ਆਏਗੀ, ਜਿਹੜੇ ਸ਼ੰਕਾਵਾਦੀ ਰਿਪੋਰਟਾਂ ਤੁਹਾਨੂੰ ਦਿਖਾ ਦਾਂਗੇ। ਉਹਦੇ ਨਾਲ ਦੋ ਬੀਬੀਆਂ ਨੂੰ ਹੋਰ ਪੈਰਾਲਾਈਜ਼ ਹੋਇਆ ਸੀ, ਉਹਨਾਂ ਦੀ ਡੈਥ ਹੋ ਗਈ, ਉਹ ਇਕੱਲੀ ਨੂੰ ਮਹਾਰਾਜ ਨੇ ਬਚਾਇਆ। ਸੁਖਮਨੀ ਸਾਹਿਬ ਦਾ ਜਾਪ ਕੀਤਾ, ਦੇਗ ਬਣਾ ਕੇ ਅਰਦਾਸ ਕੀਤੀ, ਮਹਾਰਾਜ ਨੇ ਬਚਾ ਲਿਆ। ਤੰਦਰੁਸਤੀ ਦਾ ਅਖੰਡ ਪਾਠ ਸਾਹਿਬ ਕਰਾਇਆ। ਜਿਹੜੇ ਕਹਿੰਦੇ ਨਾ ਅਖੰਡ ਪਾਠ ਸਾਹਿਬ ਕਰਾਉਣ ਨਾਲ ਕੀ ਹੋ ਜਾਣਾ, ਵਿਸ਼ਵਾਸ ਨਹੀਂ ਹੈ। ਬੜੀਆਂ ਸਾਧ ਸੰਗਤ ਸਾਡੇ ਕੋਲ ਹੱਡ ਬੀਤੀਆਂ ਨੇ, ਡਰੈਸ ਦੇ ਕੇ ਅਸੀਂ ਦੱਸ ਸਕਦੇ ਹਾਂ ਅਖੰਡ ਪਾਠ ਸਾਹਿਬ ਰੱਖਿਆ, ਉੱਧਰੋਂ ਬੰਦਾ ਠੀਕ ਹੋ ਰਿਹਾ। ਕੁਛ ਤਾਂ ਵਿੱਚ ਬੈਠੇ ਨੇ, ਆਪਣੇ ਕਰਨਲ ਸਾਹਿਬ ਸਨੌਰ ਤੋਂ, ਉਹਨਾਂ ਦੇ ਭਰਾ ਬੈਠੇ ਰਵਿੰਦਰ ਸਿੰਘ, PGI ਕਰਨਲ ਸਾਹਿਬ। ਡਾਕਟਰਾਂ ਨੇ ਕਹਿਤਾ ਵੀ ਜੇ ਠੀਕ ਨਾ ਹੋਏ ਨੌਕਰੀ ਜਾ ਸਕਦੀ ਹੈ। ਇਹ ਰਵਿੰਦਰ ਸਿੰਘ ਜੀ ਆਏ ਮਹਾਂਪੁਰਖਾਂ ਦੇ ਕੋਲ, ਇਹਨਾਂ ਦਾ ਬੜਾ ਪਿਆਰ ਮਹਾਰਾਜ ਦੇ ਨਾਲ, ਬਹੁਤ ਪਿਆਰ ਕਰਦੇ ਸੀ ਇਹ। ਜੋ ਇਹਨਾਂ ਨੂੰ ਮਹਾਰਾਜ ਨੇ ਕਿਹਾ ਇਹ ਅੱਜ ਵੀ ਕਰ ਰਹੇ ਨੇ। ਮਹਾਰਾਜ ਕਹਿੰਦੇ ਵੀ ਪਾਠ ਕਰਨਾ ਮੂਲ ਮੰਤਰ ਦਾ, ਸੱਤ ਬਚਨ ਮਹਾਰਾਜ। ਇੱਕ ਮਹਾਰਾਜ ਇਹਨਾਂ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਤੇਰੇ ਕੋਲ 5 ਮਿੰਟ 10 ਮਿੰਟ ਕਿੰਨਾ ਕੁ ਸਮਾਂ? ਕਹਿੰਦੇ ਜੀ 10 ਮਿੰਟ। ਕਹਿੰਦੇ ਫਿਰ ਮੈਂ ਤੈਨੂੰ 10 ਮਿੰਟ ਦੀ ਕਥਾ ਸੁਣਾਵਾਂਗਾ, ਜੇ ਤੇਰੇ ਕੋਲ 5 ਮਿੰਟ ਨੇ ਮੈਂ ਤੈਨੂੰ 5 ਮਿੰਟ ਦੀ ਕਥਾ ਸੁਣਾਵਾਂਗਾ। ਗੁਰੂ ਨਾਨਕ ਸਾਹਿਬ ਨਾਲ ਜੋੜਦੇ ਸੀ ਮਹਾਰਾਜ, ਮਿਲ ਜਾਵੇ ਕੋਈ ਉਦੋਂ ਹੀ ਬਿਠਾ ਲੈਂਦੇ ਸੀ, ਲੈ ਆਪਾਂ ਗੁਰੂ ਦੇ ਘਰ ਦੀਆਂ ਗੱਲਾਂ ਕਰੀਏ। ਬੜਾ ਚਾਅ ਹੁੰਦਾ ਸੀ ਗੁਰੂ ਨਾਲ ਜੋੜਨ ਦਾ। ਇਹਨਾਂ ਨੂੰ ਪੁੱਛਣਾ 15 ਕੁ ਮਿੰਟ ਹੈਗੇ ਨੇ? ਹਾਂ ਮਹਾਰਾਜ ਹੈਗਾ ਸਮਾਂ, ਚੱਲ ਤੈਨੂੰ ਕਥਾ ਸੁਣਾਉਂਦੇ ਹਾਂ। ਮਹਾਰਾਜ ਨਾਲ ਇਹ ਜੁੜੇ, ਜਦੋਂ ਪਹਿਲੀ ਵਾਰੀ ਆਏ ਕਹਿੰਦੇ ਮਹਾਰਾਜ ਭਰਾ ਬਿਮਾਰ ਹੈ। PGI ਡਾਕਟਰਾਂ ਨੇ ਜਵਾਬ ਦਿੱਤਾ। ਮਹਾਰਾਜ ਕਹਿੰਦੇ ਲੈ ਕਿਹੜੀ ਗੱਲ, ਆਪਾਂ ਅਖੰਡ ਪਾਠ ਸਾਹਿਬ ਰਖਾਉਂਦੇ ਹਾਂ, ਮਹਾਰਾਜ ਠੀਕ ਕਰਨਗੇ। ਜਿੱਦਣ ਭੋਗ ਪਿਆ ਡਾਕਟਰਾਂ ਨੇ ਛੁੱਟੀ ਦੇ ਦਿੱਤੀ ਸੀ, ਉਹ ਦਿਨ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਅਤੇ ਹੁਣ ਠੀਕ ਹੋ ਕੇ ਡਿਊਟੀ ਕਰ ਰਹੇ ਨੇ। ਬੜੀਆਂ ਇੱਦਾਂ ਦੀਆਂ ਉਦਾਹਰਨਾਂ ਹੱਡ ਬੀਤੀਆਂ, ਪੂਰਾ ਪਰਿਵਾਰ ਜੁੜ ਗਿਆ। ਮਾਤਾ ਜੀ ਜੁੜੇ ਹੋਏ ਨੇ, ਬੜੇ ਭਜਨੀਕ ਨੇ, ਹਰ ਐਤਵਾਰ ਨੂੰ ਆਉਂਦੇ ਸਤਸੰਗ ਕਰਦੇ। ਇੱਕ ਮੈਂਬਰ ਵੀ ਪਰਿਵਾਰ ਦਾ ਜੁੜ ਗਿਆ, ਸਾਰੇ ਪਰਿਵਾਰ ਦਾ ਆਧਾਰ ਹੋ ਜਾਣਾ। ਬੀਬੀ ਗੁਰਪ੍ਰੀਤ ਕੌਰ ਹਾਲੈਂਡ ਤੋਂ ਡਾਕਟਰਾਂ ਨੇ ਜਵਾਬ ਦਿੱਤਾ ਵੀ ਤੂੰ ਠੀਕ ਨਹੀਂ ਹੋ ਸਕਦੀ। 2-3 ਆਪਰੇਸ਼ਨ ਕੀਤੇ, ਸਹੀ ਨਹੀਂ ਬੈਠੇ। ਲੱਤ ਵਿੱਚ ਇੱਕ ਤਾਰ ਪਾਈ,
ਡੇਢ ਘੰਟਾ ਆਪਰੇਸ਼ਨ ਕੀਤਾ ਤਾਂ ਵੀ ਨਹੀਂ ਬਲੋਕੇਜ ਖੁੱਲ੍ਹੀ। ਉਹ ਕਹਿੰਦੇ ਵੀ ਹੁਣ ਤਾਂ ਬਸ ਰੱਬ ਦੇ ਆਸਰੇ ਆ, ਦਵਾਈਆਂ ਖਾਈ ਚੱਲ, ਮੰਜੇ 'ਤੇ ਪੈ ਗਈ ਉਹ। ਕਹਿੰਦੀ ਮਹਾਰਾਜ ਅਰਦਾਸ ਹੀ ਕਰ ਦਿਓ, ਜਾਂ ਤੰਦਰੁਸਤੀ ਜਾਂ ਫਿਰ ਮਹਾਰਾਜ ਲੈ ਜਾਣ। ਦਾਸ ਨੇ ਕਿਹਾ, ਮੈਂ ਕਿਹਾ ਮੂਲ ਮੰਤਰ ਸਾਹਿਬ ਤਾਂ ਜਾਪ ਹੀ ਰਹੇ ਹੋ, ਆਹ ਸ਼ਬਦ ਸ਼ੁਰੂ ਕਰੋ ਨਾਲ, ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ ਮਨ ਸਾਧਾਰੈ, ਦਰਸ਼ਨ ਭੇਟ ਹੋਤ ਨਿਹਾਲਾ ਹਰ ਕਾ ਨਾਮ ਵਿਚਾਰਾ, ਮੇਰਾ ਵੈਦ ਗੁਰੂ ਗੋਬਿੰਦ। ਉਹ ਤੁਰ ਨਹੀਂ ਸਕਦੀ ਬੀਬੀ, ਮੰਜੇ 'ਤੇ ਪਈ। ਮੈਂ ਕਿਹਾ ਕੋਈ ਨਹੀਂ, ਮੰਜੇ 'ਤੇ ਪਈ ਪਈ ਜਪੀ ਚੱਲ, ਨਹੀਂ ਤੁਰਿਆ ਜਾਂਦਾ ਕੋਈ ਗੱਲ ਨਹੀਂ। ਗੁਰੂ ਨਾਨਕ ਸਾਹਿਬ ਦਾ ਆਸਰਾ ਲੈ ਕੇ ਇੱਕ ਮਹੀਨਾ ਜਾਪ ਕੀਤਾ, ਹੁਣ ਉਹ ਬੀਬੀ ਤੁਰਨ ਲੱਗ ਪਈ। ਉਹਨੂੰ ਇੰਨਾ ਕੁ ਭਰੋਸਾ ਹੋ ਗਿਆ, ਕਹਿੰਦੀ ਮਹਾਰਾਜ ਅਜੇ ਇੱਕ ਮਹੀਨਾ ਪਿਆ ਮਹਾਰਾਜ ਦੇ ਗੁਰਪੁਰਬ ਨੂੰ, ਅਤੇ ਮੈਂ ਤਾਂ ਇੱਕ ਮਹੀਨੇ 'ਚ ਬਹੁਤ ਫਰਕ ਪੈ ਗਿਆ, ਮੈਂ ਹੋਰ ਠੀਕ ਹੋ ਜਾਣਾ। ਹੁਣ ਉਹਨੇ ਟਿਕਟ ਕਰਾ ਲਈ, ਕਹਿੰਦੀ ਮੈਂ ਆ ਕੇ ਸਨੌਰ ਦਰਬਾਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਸੰਗਤਾਂ ਦੇ। ਮੈਨੂੰ ਕਿਹਾ, ਮੈਂ ਕਿਹਾ ਸੰਗਤ ਨੇ ਅਰਦਾਸ ਕੀਤੀ ਹੈ ਤੁਹਾਡੀ, ਸਾਰੀ ਸੰਗਤ ਨੇ ਮਿਲ ਕੇ, ਵੀ ਜਦੋਂ ਸੰਗਤੀ ਰੂਪ 'ਚ ਆਪਾਂ ਅਰਦਾਸ ਕਰਦੇ ਹਾਂ ਮਹਾਰਾਜ ਦੇ ਅੱਗੇ, ਮਹਾਰਾਜ ਸੁਣ ਦੇ। ਉਹ ਕਹਿੰਦੀ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਨਾ। ਉਹ ਬੀਬੀ ਆ ਰਹੀ ਹੈ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨੂੰ, ਟਿਕਟ ਕਰਾ ਲਈ ਉਹਨੇ, ਉਹ ਤੁਸੀਂ ਦੇਖੀਓ ਰਿਪੋਰਟਾਂ ਉਹਦੇ ਕੋਲ ਨੇ, ਡਾਕਟਰਾਂ ਨੇ ਜਵਾਬ ਦੇ ਤਾ ਵੀ ਤੁਰ ਨਹੀਂ ਸਕਦੀ, ਮੰਜੇ 'ਤੇ ਪਈ ਹੈ। ਅਤੇ ਮਹਾਰਾਜ ਨੇ ਉਹਨੂੰ ਤੁਰਨ ਲਾ ਤਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਇਹ ਸੱਚੀ ਗੱਲ ਆ, ਮੇਰਾ ਵੈਦ ਗੁਰੂ ਗੋਬਿੰਦ, ਅਸਲੀ ਵੈਦ ਤਾਂ ਗੁਰੂ ਨਾਨਕ ਹੈ। ਇਹ ਸ਼ਬਦ ਪੜ੍ਹਨ ਲੱਗ ਜਾਓ, ਸਰੀਰ 'ਚ ਬਿਮਾਰੀ ਨਹੀਂ ਕੋਈ ਰਹਿੰਦੀ, ਜੇ ਬਿਮਾਰੀ ਹੈ ਵੀ ਹੈ ਨਾ, ਕੋਈ ਦੋ ਤਿੰਨ ਬਿਮਾਰੀਆਂ ਹੈ ਵੀ ਨੇ, ਇੱਕ ਇੱਕ ਕਰਕੇ ਬਿਮਾਰੀਆਂ ਸਰੀਰ 'ਚੋਂ ਨਿਕਲਦੀਆਂ ਜਾਣਗੀਆਂ। ਸ਼ਬਦ ਪੜ੍ਹੋ ਤਾਂ ਸਹੀ, ਮਹਾਰਾਜ 'ਤੇ ਭਰੋਸਾ ਰੱਖੋ। ਉਸਾਹ ਸੰਗਤ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਆਨੰਦ ਆ ਗਿਆ, ਸਾਰੀ ਸੰਗਤ ਦਰਸ਼ਨ ਕਰਦੀ ਹੈ। ਕਾਬਲ ਤੋਂ ਸੰਗਤ ਆਈ, ਕਾਬਲ ਕੰਧਾਰ ਤੋਂ, ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਮਹਾਰਾਜ ਨੇ ਮੁਖੀ ਸਿੱਖ ਨੂੰ ਬੁਲਾਇਆ, ਆ ਭਾਈ ਬੈਠ ਇੱਥੇ, ਹੋਰ ਪਰਿਵਾਰ ਰਾਜੀ ਬਾਜੀ? ਹਾਂ ਮਹਾਰਾਜ, ਬੜੀ ਕਿਰਪਾ ਆਪ ਜੀ ਦੀ, ਬੜੀ ਮਿਹਰ ਹੈ। ਹੋਰ ਕੋਈ ਕਿਸੇ ਤਰ੍ਹਾਂ ਦੀ ਵਸਤੂ ਦੀ ਲੋੜ? ਮਹਾਰਾਜ ਦਰਸ਼ਨ ਹੋ ਗਏ, ਆਪ ਜੀ ਦੇ ਆਨੰਦ ਆ ਗਿਆ। ਕੋਈ ਮਿਲਿਆ ਵੀ ਸੀ ਰਸਤੇ 'ਚ? ਹਾਂ ਮਹਾਰਾਜ ਮਿਲਿਆ ਸੀ। ਕੀ ਕਹਿੰਦਾ ਸੀ ਮਹਾਰਾਜ? ਉਹ ਕਹਿੰਦਾ ਸੀ ਵੀ ਤੁਸੀਂ ਜਾਣੇ ਹੋ ਸਾਲ ਬਾਅਦ, ਤੁਹਾਨੂੰ ਕੀ ਮਿਲਦਾ? ਕਹਿੰਦੇ ਫਿਰ ਕੀ ਜਵਾਬ ਦਿੱਤਾ? ਮਹਾਰਾਜ ਅਸੀਂ ਜਵਾਬ ਦਿੱਤਾ ਵੀ ਇੱਕ ਸਾਲ ਮਨ ਨੂੰ ਸ਼ਾਂਤੀ ਬਣੀ ਰਹਿੰਦੀ ਹੈ, ਇੱਕ ਸਾਲ ਮਨ ਸ਼ਾਂਤ ਰਹਿੰਦਾ, ਕਾਰੋਬਾਰ 'ਚ ਕਮੀ ਕੋਈ ਨਹੀਂ, ਬੜੀ ਕਿਰਪਾ, ਹੋਰ ਪਤਾ ਨਹੀਂ ਮਹਾਰਾਜ, ਔਰ ਆਪ ਜੀ ਜਾਣਦੇ ਹੋ। ਕਹਿੰਦੇ ਉਹਨੂੰ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਉਹਨੂੰ ਜਾ ਕੇ ਇਹ ਗੱਲ ਕਹਿਣੀ, ਪਰਿਵਾਰ ਦਾ ਇੱਕ ਜੀ ਜਿਹੜਾ ਸਾਡੇ ਕੋਲ ਆ ਗਿਆ ਨਾ, ਉਹਦੀਆਂ 21 ਕੁਲਾਂ ਤਾਰ ਦਾਂਗੇ ਅਸੀਂ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਸਿੱਖ ਨੂੰ ਕਿਹਾ ਮਹਾਰਾਜ ਨੇ, ਕਹਿੰਦੇ ਗੁਰੂ ਦੇ ਦਰਸ਼ਨਾਂ ਦਾ ਤਾਂ ਬਹੁਤ ਪ੍ਰਤਾਪ ਹੈ, ਜੇ ਸਾਡੇ ਦਰਸ਼ਨ ਕਰ ਰਹੇ ਹੋ ਨਾ, ਉਹਨੂੰ ਇਹ ਗੱਲ ਕਹਿਣੀ ਜਾ ਕੇ, ਸ਼ਾਂਤੀ ਵੀ ਮਿਲ ਗਈ, ਸੁੱਖ ਸ਼ਾਂਤੀ ਆ ਗਈ ਘਰ, ਮਨ ਨੂੰ ਸਹਿਜ ਅਵਸਥਾ ਮਿਲ ਗਈ, ਕਾਰੋਬਾਰ 'ਚ ਵਾਧਾ ਹੋ ਗਿਆ,
ਪਰ ਗੁਰੂ ਦੇ ਦਰਸ਼ਨਾਂ ਦਾ ਇਹ ਪ੍ਰਤਾਪ ਹੈ, ਜਾ ਕੇ ਕਹਿ ਦੇਣਾ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਏ ਹਾਂ ਅਸੀਂ। ਮਹਾਰਾਜ ਨੇ ਕਿਹਾ ਵੀ ਜਿਹੜਾ ਇੱਕ ਮੈਂਬਰ ਵੀ ਘਰ ਦਾ ਆ ਗਿਆ ਉਹਦੀਆਂ 21 ਕੁਲਾਂ ਤਾਰਾਂਗੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੰਨੈ ਪਰਵਾਰ ਐ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ। ਸੱਚੇ ਪਾਤਸ਼ਾਹ ਨਾਲ ਜੁੜੀਏ, ਕਾਬਲ ਦੀ ਸੰਗਤ ਖੁਸ਼ ਹੋ ਗਈ, ਮਹਾਰਾਜ ਦਾ ਸ਼ੁਕਰਾਨਾ ਕਰਦੀ ਹੈ। ਕੁਛ ਦਿਨ ਮਹਾਰਾਜ ਦੇ ਕੋਲ ਦਰਸ਼ਨ ਕੀਤੇ, ਲੰਗਰਾਂ 'ਚ ਸੇਵਾ ਕੀਤੀ, ਵਾਪਸ ਜਦੋਂ ਗਏ ਬੰਦਾ ਫਿਰ ਮਿਲਿਆ ਰਸਤੇ 'ਚ, ਹਾਂ ਵੀ ਪੁੱਛਿਆ, ਹਾਂਜੀ ਪੁੱਛਿਆ, ਕੀ ਮਹਾਰਾਜ ਨੇ ਜਵਾਬ ਦਿੱਤਾ? ਕਹਿੰਦੇ ਮਹਾਰਾਜ ਕਹਿੰਦੇ ਜਿਹੜਾ ਇੱਕ ਮੈਂਬਰ ਵੀ ਆ ਗਿਆ ਨਾ ਸਾਡੇ ਕੋਲ ਦਰਸ਼ਨ ਕਰਨ ਵਾਸਤੇ ਸਾਲ ਬਾਅਦ, ਉਹਦੀਆਂ 21 ਕੁਲਾਂ ਤਾਰ ਦਾਂਗੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਸਾਧ ਸੰਗਤ, ਇੱਕ ਜਣਾ ਵੀ ਜੇ ਪਰਿਵਾਰ ਦਾ ਹਰਿਮੰਦਰ ਸਾਹਿਬ ਜਾਂਦਾ ਨਾ ਦਰਸ਼ਨ ਕਰਨ, ਤਾਂ ਗੁਰੂ ਰਾਮਦਾਸ ਮਹਾਰਾਜ ਨੇ 21 ਕੁਲਾਂ ਤਾਰ ਦੇਣੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਸੰਤ ਸਰੋਵਰ ਨਹਾਵੈ ਸੋ ਜਨ ਪਰਮ ਗਤ ਪਾਵੈ, ਮਰੈ ਨਾ ਆਵੈ ਜਾਈ ਹਰ ਹਰ ਨਾਮ ਤੇ ਆਈ। ਇਹ ਬਰਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ, ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਟਾਈ। ਇਹ ਬਰਮ ਵਿਚਾਰਾਂ ਉਹਨਾਂ ਨੂੰ ਮਿਲਦੀਆਂ ਜਿਨ੍ਹਾਂ ਦੇ ਚੰਗੇ ਭਾਗ ਹੋਣ। ਜੇ ਬਾਬਾ ਨਾਨਕ ਜੀ ਮਿਲ ਗਏ, ਸਭ ਚਿੰਤਾ ਗਣਤ ਮਟਾਈ, ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੋਈ ਘਾਟ ਨਹੀਂ ਰਹਿੰਦੀ। ਸੋ ਆਓ ਇੱਕ ਧਾਰਨਾ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨਾਲ ਜੁੜੀਏ, ਮਨ ਕਰਕੇ ਜੁੜੀਏ, ਮਨ ਕਰਕੇ ਆਪਣੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਬਿਠਾਉਣਾ। ਮੂਲ ਮੰਤਰ ਦਾ ਜਾਪ ਕਰੋ। ਆ ਜਿਹੜਾ ਹੁਣ ਸਮਾਂ ਜਾਪ ਕਰਨ ਦਾ, ਨਾਮ ਜਪ ਦਾ, ਵੱਧ ਤੋਂ ਵੱਧ ਜਾਪ ਕਰੋ। ਹੋਰਾਂ ਕੰਮਾਂ ਵਾਸਤੇ ਵੀ ਆਪਾਂ ਸਮਾਂ ਕੱਢਦੇ ਹਾਂ, ਪਰ ਜਿਹੜੇ ਕੰਮ ਨੇ ਆਪਾਂ ਨੂੰ ਬਾਦਸ਼ਾਹੀ ਦੇਣੀ ਹੈ, ਜਿਹੜਾ ਕੰਮ ਸਭ ਤੋਂ ਉੱਤਮ ਹੈ, ਆ ਜਿਹੜੀ ਕਥਾ ਆਪ ਜੀ ਸੁਣ ਰਹੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਸਾਧ ਸੰਗਤ, ਇਹ ਕਥਾ ਸੁਣਨ ਦੇ ਨਾਲ ਮਹਾਰਾਜ ਕਹਿੰਦੇ ਇਹ ਜੀਵ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਉੱਤਮ ਵਸਤੂ ਹੈ ਪਰਮੇਸ਼ਰ ਦੀ ਕਥਾ, ਦੁੱਖ ਵੀ ਦਰਦ ਵੀ, ਆਦ ਵਿਆਦ ਉਪਾਦ ਤਿੰਨੇ ਤਾਪ, ਇਹ ਸਾਰੇ ਦੂਰ ਹੋ ਜਾਂਦੇ ਪਰਮੇਸ਼ਰ ਦੀ ਕਥਾ ਸੁਣਨ ਦੇ ਨਾਲ। ਆਓ ਇੱਕ ਧਾਰਨਾ ਪੜ੍ਹ ਕੇ ਸਮਾਪਤੀ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨੂੰ ਹਿਰਦੇ 'ਚ ਵਸਾ ਕੇ ਨਾ ਪੂਰੇ ਆਨੰਦ ਦੇ ਨਾਲ, ਮਨ ਦੇ ਵਿੱਚ ਇਹ ਵਿਸ਼ਵਾਸ ਹੋਣਾ ਚਾਹੀਦਾ ਵੀ ਜਦੋਂ ਸਾਡਾ ਅਖੀਰਲਾ ਸਮਾਂ ਵੀ ਆ ਗਿਆ ਨਾ, ਜਮਦੂਤ ਨਹੀਂ ਲੈਣ ਆਉਂਦੇ, ਪਾਲਕ ਹੀ ਆਏਗੀ। ਜੇ ਮੂਲ ਮੰਤਰ ਸਾਹਿਬ ਜਪਦੇ ਹਾਂ ਨਾ, ਪਾਲਕੀ ਕਿਉਂ ਆਏਗੀ? ਗਣਕਾਂ ਨੂੰ ਲੈਣ ਪਾਲਕੀ ਆਈ।
ਗਨ ਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ। ਪਾਪਾਂ ਦਾ ਉਹਨੇ ਹਾਰ ਹੀ ਪਰੋ ਲਿਆ, ਇੰਨੇ ਪਾਪ ਕੀਤੇ, ਪਰ ਮਹਾਰਾਜ ਦਾ ਨਾਮ ਜਪਿਆ, ਪਾਲਕੀ ਆ ਗਈ। ਅਜਾਮਲ ਪਾਪੀ ਸੀ, ਮਹਾਂਪੁਰਖਾਂ ਦਾ ਬਚਨ ਮੰਨਿਆ, ਉਹਨੂੰ ਵੀ ਲੈਣ ਵਾਸਤੇ ਪਾਲਕੀ ਆਈ। ਮਹਾਰਾਜ ਇੱਕ ਵਾਰੀ ਉਹਨੇ ਕਿਹਾ ਨਾਰਾਇਣ, ਮਹਾਰਾਜ ਉਸੇ ਵੇਲੇ ਪਾਰਖਤ ਭੇਜਤੇ। ਜਮਦੂਤ ਕਹਿੰਦੇ ਆਪਣੇ ਪੁੱਤਰ ਦਾ ਨਾਮ ਲੈਂਦਾ ਇਹ, ਪਰਮੇਸ਼ਰ ਨੂੰ ਨਹੀਂ ਕਹਿੰਦਾ। ਜਾਂ ਜਿਹੜੇ ਰਾਮਗਣ ਸੀ ਉਹ ਕਹਿੰਦੇ ਲੈਂਦਾ ਤਾਂ ਨਾਮ ਹੈ, ਨਾਰਾਇਣ ਤਾਂ ਕਹਿੰਦਾ ਨਾ, ਉਹ ਕਹਿੰਦੇ ਪੁੱਤਰ ਨੂੰ ਕਹਿੰਦਾ, ਕਹਿੰਦੇ ਕਹੀ ਜਾਵੇ, ਅਸੀਂ ਤਾਂ ਇਹਨੂੰ ਲੈ ਕੇ ਜਾਣਾ। ਦੇਖੋ ਆਨੰਦ, ਅਜਾਮਲ ਨੂੰ ਲੈਣ ਵਾਸਤੇ ਪਾਲਕੀ ਆ ਗਈ, ਗਨਕਾਂ ਨੂੰ ਲੈਣ ਵਾਸਤੇ ਪਾਲਕੀ ਆ ਗਈ। ਜੇ ਆਪਾਂ ਮੂਲ ਮੰਤਰ ਜਪਾਂਗੇ, ਵਾਹਿਗੁਰੂ ਗੁਰਮੰਤਰ ਜਪਾਂਗੇ, ਇਹ ਪੱਕਾ ਮਨ ਦੇ ਵਿੱਚ ਕਰ ਲਓ, ਗੁਰੂ ਨਾਨਕ ਸਾਹਿਬ ਆਪ ਆਉਣਗੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਿਗੁਰ ਲੈਣਗੇ ਛਡਾਵੇ ਅੰਤ ਦੇ, ਸਤਿਗੁਰ ਲੈਣਗੇ ਛਡਾਵੇ ਅੰਤ ਦੇ, ਸਤਿਗੁਰ ਲੈਣਗੇ ਛਡਾਵੇ ਟੋਟੇ ਮਾ
ਜਗ ਜਗ ਭਰ ਪਿਆ ਪਾਇਆ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਚਲਾਇਆ। ਐਸਾ ਪਰਮੇਸ਼ਰ ਜਿਹਦੇ ਨਾਲ ਜੁੜੇ, ਗੁਰੂ ਨਾਨਕ ਸਾਹਿਬ ਨਾਲ ਜੁੜਨ ਦੇ ਨਾਲ ਅੰਤ ਲਏ ਛਡਾਇਆ। ਅੰਤ ਵੇਲੇ ਮਹਾਰਾਜ ਆਪਣੀ ਗੋਦੀ 'ਚ ਬਿਠਾ ਲੈਂਦੇ, ਪਿਆਰ ਕਰੀਏ ਗੁਰੂ ਨਾਨਕ ਸਾਹਿਬ ਦੇ ਨਾਲ, ਮਨ ਗੁਰੂ ਜੀ ਨਾਲ ਜੋੜੀਏ, ਹਿਰਦੇ ਵਿੱਚ ਮਹਾਰਾਜ ਨੂੰ ਬਿਠਾਈਏ, ਮੂਲ ਮੰਤਰ ਸਾਹਿਬ ਦਾ ਜਾਪ ਕਰੀਏ, ਘਾਟ ਨਹੀਂ ਕੋਈ ਰਹਿੰਦੀ। ਸਾਧ ਸੰਗਤ ਜੇ ਕੁਛ ਪ੍ਰਾਪਤ ਕਰਨਾ ਫਿਰ ਮਿਹਨਤ ਕਰਨੀ ਪੈਣੀ ਹੈ। ਹੁਣ ਕਈ ਕਹਿੰਦੇ 12 ਤੋਂ 3 ਸਮਾਂ ਨਹੀਂ ਲੱਗਦਾ ਜੀ, ਸਮਾਂ ਤਾਂ ਦੇਖੋ ਹੋਰ ਕੰਮਾਂ ਨੂੰ ਵੀ ਆਪਾਂ ਸਮਾਂ ਕੱਢਦੇ ਹਾਂ। ਜੇ ਬਾਦਸ਼ਾਹੀ ਲੈਣੀ ਹੈ ਫਿਰ ਇਸ ਵੇਲੇ ਜਾਗਣਾ ਪੈਣਾ। ਬਾਕੀ ਦੇਖੋ ਨਾਮ ਦਾ ਤਾਂ ਇਹ ਹੈ ਵੀ ਕਿਸੇ ਵੇਲੇ ਵੀ ਜਪ ਲਓ, ਇਹਦਾ ਕੋਈ ਸਮਾਂ ਨਹੀਂ ਹੁੰਦਾ ਨਾਮ ਦਾ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜਦੋਂ ਮਰਜ਼ੀ ਨਾਮ ਜਪ ਲਓ, ਲੰਮੇ ਪਿਆਂ ਪਿਆਂ ਜਪ ਲਓ, ਚੌਂਕੜਾ ਲਾ ਕੇ ਜਪ ਲਓ, ਤੁਰਦੇ ਫਿਰਦੇ ਜਪ ਲਓ, ਫਲ ਤਾਂ ਮਿਲਦਾ। ਪਰ ਮਹਾਂਪੁਰਖਾਂ ਨੇ ਜਦੋਂ ਆਪਾਂ ਭਜਨ ਬੰਦਗੀ ਵਾਲੇ ਮਹਾਂਪੁਰਖਾਂ ਦੇ ਕੋਲ 90 ਕੁ ਸਾਲ ਦੀ ਉਮਰ ਹੈ ਮਹਾਂਪੁਰਖਾਂ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਨਕੇ ਲਖਨੌਰ ਸਾਹਿਬ ਸੰਗਤਾਂ ਨੂੰ ਲੈ ਕੇ ਅਸੀਂ ਦਰਸ਼ਨ ਕਰਨ ਗਏ। ਮਾਤਾ ਗੁਜਰ ਕੌਰ ਜੀ ਦਾ ਖੂਹ ਲਵਾਇਆ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸੀ, ਆਸੇ ਪਾਸੇ ਪਾਣੀ ਖਾਰਾ। ਸੰਗਤਾਂ ਨੇ ਕਿਹਾ ਵੀ ਮਹਾਰਾਜ ਪਾਣੀ ਖਾਰਾ ਨਿਕਲਦਾ, ਆਪ ਜੀ ਕਿਰਪਾ ਕਰੋ, ਦੂਰ ਦਰੇਡਿਓਂ ਪਾਣੀ ਲਿਆਉਣਾ ਪੈਂਦਾ ਪੀਣ ਵਾਸਤੇ, ਇੱਥੇ ਆਪ ਜੀ ਬਖਸ਼ਿਸ਼ ਕਰੋ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਇੱਕ ਖੂਹੀ ਬਣਾਈ, ਛੋਟਾ ਜਿਹਾ ਖੂਹ ਹੈ, 25-30 ਫੁੱਟ ਦੇ ਪਾਣੀ ਹੈ। ਸਾਧ ਸੰਗਤ ਬਾਕੀ ਸਾਰਾ ਪਿੰਡ ਦਾ ਪਾਣਾ ਖਾ, ਜਿਹੜਾ ਪਾਣੀ ਹੈ ਉਹ ਖਾਰਾ, ਉਹ ਜਿਹੜੀ ਖੂਹੀ ਹੈ ਉਹਦਾ ਪਾਣੀ ਮਿੱਠਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਮਹਾਰਾਜ ਨੇ ਹੋਰ ਵਰ ਦਿੱਤਾ ਉੱਥੇ ਲਖਨੌਰ ਸਾਹਿਬ, ਇੱਕ ਵਰ ਦਿੱਤਾ ਮਹਾਰਾਜ ਨੇ, ਜਿਹੜਾ ਇੱਥੇ ਇਸ਼ਨਾਨ ਕਰੇਗਾ, ਇੱਥੇ ਕੋਈ ਜਲ ਛਕੇਗਾ, ਉਹਦੇ ਸਾਰੇ ਦੁੱਖ ਦੂਰ ਹੋਣਗੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਗਤਾਂ ਨੂੰ ਸਾਲ ਬਾਅਦ ਉੱਥੇ ਦਰਸ਼ਨ ਕਰਾਈਦੇ ਨੇ, ਜ਼ਰੂਰ ਉੱਥੇ ਦਰਸ਼ਨ ਕਰਨੇ ਚਾਹੀਦੇ। ਉੱਥੇ ਮਹਾਰਾਜ ਦਾ ਬਚਪਨ ਬੀਤਿਆ, ਨੇੜੇ ਗੇਂਦ ਸਾਹਿਬ ਗੁਰਦੁਆਰਾ ਸਾਹਿਬ ਹੈ, ਗੇਂਦ ਖੇਡਦੇ ਰਹੇ ਮਹਾਰਾਜ। ਉੱਥੇ ਸੰਤ ਬੈਠੇ, 90 ਕੁ ਸਾਲ ਦੀ ਉਮਰ ਹੈ ਉਹਨਾਂ ਦੀ, ਉਹ ਕਥਾ ਕਰਨ ਲੱਗ ਪਏ। ਕਥਾ ਕਰਦੇ ਕਰਦੇ ਪਤਾ ਨਹੀਂ ਕੀ ਮਨ ਦੇ ਵਿੱਚ ਆਈ, ਕਹਿੰਦੇ ਨਾਮ ਜਪਣ ਦੇ ਸਮੇਂ ਤਾਂ ਸਾਰੇ ਚੰਗੇ ਨੇ, ਜਿਹੜਾ 12 ਤੋਂ 3 ਸਮਾਂ ਨਾ ਉਹਦੇ ਨਾਲ ਬਾਦਸ਼ਾਹੀ ਮਿਲਦੀ ਹੈ। ਮੈਂ ਸੰਗਤਾਂ ਨੂੰ ਕਿਹਾ, ਮੈਂ ਕਿਹਾ ਸੁਣ ਲਓ, ਹੁਣ ਤੁਹਾਨੂੰ ਮੈਂ ਇਹੀ ਗੱਲ ਕਹਿੰਦਾ, ਇਹ ਦੇਖੋ ਮਹਾਂਪੁਰਖ ਵੀ ਇਹੀ ਗੱਲ ਕਹਿ ਰਹੇ, 90 ਸਾਲ ਦੀ ਉਮਰ ਹੋ ਗਈ ਇਹਨਾਂ ਦੀ। ਉਹ ਮਹਾਂਪੁਰਖ ਕਹਿੰਦੇ ਸਮਾਂ ਸਾਰਾ ਚੰਗਾ ਹੁੰਦਾ ਜਿਸ ਵੇਲੇ ਵੀ ਆਪਾਂ ਨਾਮ ਜਪੀਏ, ਪਰ ਇੱਕ ਸਮਾਂ ਹੁੰਦਾ ਬ੍ਰਹਮ ਮਹੂਰਤ ਦਾ, ਜਿਹੜੇ ਸਮੇਂ ਗੁਰੂ ਨਾਨਕ ਸਾਹਿਬ ਹੱਟੀ ਖੋਲ੍ਹ ਕੇ ਬੈਠੇ,
ਹੱਟੀ ਖੋਲ ਕੇ ਬੈਠੇ ਦੋ ਤੋਂ ਤਿੰਨ, ਆਹ ਜਿਹੜਾ ਸਮਾਂ ਨਾ ਇਹ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ, ਜਿਹੜੇ ਇਹ ਸਮੇਂ ਤੁਸੀਂ ਮੂਲ ਮੰਤਰ ਜਪ ਲਿਆ ਨਾ, ਤੁਸੀਂ ਸੋਚ ਵੀ ਨਹੀਂ ਸਕਦੇ ਵੀ ਮਹਾਰਾਜ ਨੇ ਦਾਤਾਂ ਕਿਹੜੀਆਂ ਕਿਹੜੀਆਂ ਦੇ ਦੇਣੀਆਂ। ਸੋਚ ਤੋਂ ਪਰੇ ਜਿਹੜੀ ਸੋਚ ਹੈ ਨਾ ਆਪਣੀ, ਇਹ ਬਹੁਤ ਛੋਟੀ ਹੈ, ਪਰ ਮਹਾਰਾਜ ਦੀ ਜਿਹੜੀ ਸੋਚ ਹੈ ਨਾ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ, ਠਾਕੁਰ ਦੀ ਤਲੀ 'ਤੇ ਸਾਰੇ ਪਦਾਰਥ ਨੇ, ਤਲੀ 'ਤੇ ਪਦਾਰਥ ਰੱਖ ਕੇ ਮਹਾਰਾਜ ਨੇ ਮੁੱਠੀ ਬੰਦ ਨਹੀਂ ਕੀਤੀ, ਕਿਉਂ ਮੁੱਠੀ ਖੋਲ੍ਹਣੀ ਨਾ ਪਵੇ। ਜਦੋਂ ਭਗਤ ਨੇ ਪਦਾਰਥ ਮੰਗੇ ਨਾਲੀ ਝੋਲੀ 'ਚ ਪਾ ਦੇਣੇ ਨੇ, ਇੰਨਾ ਦਿਆਲੂ ਹੈ ਮਹਾਰਾਜ। ਮਹਾਰਾਜ ਨਾਲ ਜੁੜੀਏ ਘਾਟ ਨਹੀਂ ਕੋਈ ਹੁੰਦੀ, ਜਿਹੜਾ ਉਹ ਵੇਲਾ ਜੇ ਕਿਤੇ ਸਫਲਾ ਕਰ ਲਿਆ, ਕਰਕੇ ਦੇਖੋ। ਸਾ ਸੰਗਤ ਭਿੰਨੀ ਰਹਿ ਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ, ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੈ ਆਂਦਨੋ, ਤਜਮਾਨ ਮੋਹ ਵਿਕਾਰ ਮਨ ਕਾ ਪ੍ਰਭ ਬਿਸਰ ਨਾਹੀਂ ਇੱਕ। ਜਾਗਲੇ ਹੋ ਰੇ ਮਨਾ ਜਾਗਲੇ ਹੋ, ਕਹਾਂ ਗਾਫਲ ਸੋਇਆ, ਜਾਗ ਰੇ ਮਨ ਜਾਗਣ ਹਾਰੇ। ਮਹਾਰਾਜ ਕਹਿੰਦੇ ਜਾਗ ਲੈ ਉਹ ਸਮਾਂ, ਉਹ ਸਮਾਂ ਕਿਤੇ ਜਾ ਕੇ ਨਾਮ ਜਪ ਲਿਆ, ਦੁਨੀਆਂ ਦੇ ਪਦਾਰਥ ਝੋਲੀ ਵਿੱਚ ਪੈ ਜਾਣਗੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਦੋ ਖੰਡ ਪੜ ਸਭ ਦੇ ਭੋਗ ਪਏ, ਮਹਾਰਾਜ ਕਿਰਪਾ ਕਰਨ ਚੜ੍ਹਦੀਆਂ ਕਲਾਂ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜੀ ਆਇਆਂ ਨੂੰ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਫਿਰ ਇੱਕ ਵਾਰੀ ਆਪਾਂ ਸਾਰਿਆਂ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਮਹਾਰਾਜ ਸਭ ਦਾ ਭਲਾ ਕਰ, ਸਭ ਦਾ ਭਲਾ, ਸਾਰਿਆਂ ਦਾ ਭਲਾ। ਕੋਈ ਆਪਾਂ ਨੂੰ ਮਾੜਾ ਵੀ ਕਹਿੰਦਾ, ਕੋਈ ਗਾਲਾਂ ਵੀ ਕੱਢਦਾ, ਮੰਦੇ ਸ਼ਬਦ ਬੋਲਦਾ, ਜਿਹੜੇ ਸੁਣੇ ਨਹੀਂ ਜਾਂਦੇ ਉਹਦਾ ਵੀ ਭਲਾ। ਅਰਦਾਸ ਕਰਿਆ ਕਰੋ, ਮਹਾਰਾਜ ਇਹਦੀ ਬੁੱਧੀ ਨਿਰਮਲ ਕਰ ਦਿਓ। ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਿਆ ਰਾਮ ਫਿਰਦਾ। ਕਬੀਰ ਸਾਹਿਬ ਕਹਿੰਦੇ ਪਹਿਲਾਂ ਰੱਬ ਦੇ ਪਿੱਛੇ ਪਿੱਛੇ ਫਿਰਨਾ ਪੈਂਦਾ ਸੀ, ਜਦੋਂ ਨਾਮ ਜਪ ਕੇ ਮਨ ਨਿਰਮਲ ਹੋ ਗਿਆ, ਹੁਣ ਰੱਬ ਕਬੀਰ ਦੇ ਪਿੱਛੇ ਪਿੱਛੇ ਫਿਰਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਆਨੰਦ ਸਾਹਿਬ ਦੇ ਜਾਪ ਹੋਣਗੇ, ਰਸਨਾ ਨੂੰ ਪਵਿੱਤਰ ਕਰੋ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੁਵੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਾਰ
ਵਾਹਿਗੁਰੂ ਜੀ ਕਾ ਖਾਲਸਾ।